ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਨਮਸਕਾਰ ਸੱਜਣੋ। ਉਚੇਚੇ ਪ੍ਰਾਹੁਣੇ ਦੀ ਸੀਰੀਜ਼ ਦੇ ਨਾਲ ਅੱਜ ਤੁਹਾਨੂੰ ਜਿਹੜੀ ਖਾਸ ਸ਼ਖਸੀਅਤ ਨਾਲ ਮਿਲਵਾਉਣ ਚੱਲੇ ਹਾਂ, ਇਹ ਫਕੀਰ ਸੈਫੁਦੀਨ ਸਾਹਿਬ। ਫਕੀਰ ਸੈਫੁਦੀਨ ਸਾਹਿਬ ਦਾ ਨਾਮ ਜਿਵੇਂ ਕਿ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ, ਉਸ ਫਕੀਰ ਖਾਨਦਾਨ ਤੋਂ ਇਹਨਾਂ ਦਾ ਤਲਕ ਹੈ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਨ੍ਹਾਂ ਦੇ ਕੋਲ ਸਾਰੀਆਂ ਮੇਨ ਵਜ਼ਾਰਤਾਂ ਜਿਹੜੀਆਂ ਸਨ ਉਹ ਸਨ। ਨਾ ਸਿਰਫ ਇਹਨਾਂ ਕੋਲ ਵਜ਼ਾਰਤਾਂ ਸਨ ਬਲਕਿ ਖਾਸ ਇਹਨਾਂ ਨੂੰ ਮੁਹੱਬਤ ਸੀ ਉਸ ਵੇਲੇ ਦੇ ਆਪਣੇ ਪੰਜਾਬੀਆਂ ਦੇ ਰਾਜ ਦੇ ਨਾਲ, ਔਰ ਉਸ ਮੁਹੱਬਤ ਦਾ ਸਬੂਤ ਹੈ ਕਿ ਅੱਜ ਇਤਨਾ ਲੰਬਾ ਸਮਾਂ ਗੁਜ਼ਰਨ ਦੇ ਬਾਅਦ ਵੀ ਇਹਨਾਂ ਨੇ ਸਾਰਾ ਕੁਝ ਸੰਭਾਲਿਆ ਹੋਇਆ ਹੈ ਜਿਹੜੀਆਂ ਉਸ ਰਾਜ ਦੀਆਂ ਨਿਸ਼ਾਨੀਆਂ ਹਨ। ਔਰ ਉਸ ਰਾਜ ਤੋਂ ਸਾਨੂੰ ਇਹਨਾਂ ਨਿਸ਼ਾਨੀਆਂ ਤੋਂ ਪਤਾ ਚੱਲਦਾ ਹੈ ਕਿ ਉਸ ਵੇਲੇ ਪੰਜਾਬੀਆਂ ਦੇ ਆਪਣੇ ਰਾਜ ਦੇ ਅੰਦਰ ਕੀ ਸੀ। ਸੋ ਇਹਨਾਂ ਦੇ ਨਾਲ ਗੱਲਬਾਤ ਜਾਰੀ ਰਹੇਗੀ, ਇਹਨਾਂ ਦੀ ਆਪਣੀ ਸ਼ਖਸੀਅਤ 'ਤੇ ਗੱਲ ਵੀ ਹੋਵੇਗੀ, ਕਿਉਂਕਿ ਇਸ ਪ੍ਰੋਗਰਾਮ ਜਿਹੜੇ ਹੈ ਉਚੇਚੇ ਪ੍ਰਾਹੁਣੇ, ਇਹਦੇ ਅੰਦਰ ਪੰਜਾਬ ਦੀਆਂ ਉਹ ਸ਼ਖਸੀਅਤਾਂ ਜਿਨ੍ਹਾਂ 'ਤੇ ਸਾਨੂੰ ਮਾਣ ਹੈ ਉਹਨਾਂ ਦੇ ਅੰਦਰ ਉਹਨਾਂ ਦੀ ਝਲਕ ਵੀ ਤੁਹਾਨੂੰ ਮਿਲੇਗੀ, ਔਰ ਉਹਨਾਂ ਦਾ ਜੋ ਕੰਮ ਹੈ ਜਿਸ ਤੋਂ ਰਿਲੇਟ ਕਰਦਾ ਹੈ ਉਹਦੇ ਬਾਰੇ ਵੀ ਤੁਹਾਨੂੰ ਇਹਦੇ 'ਤੇ ਅਸੀਂ ਦੱਸਾਂਗੇ। ਸੋ ਬਹੁਤ ਸ਼ੁਕਰੀਆ ਸਰ, ਮੈਂ ਤੁਹਾਡੇ ਕੋਲ ਆਇਆ ਹਾਂ ਉਚੇਚੇ ਪ੍ਰਾਹੁਣੇ, ਤੁਸੀਂ ਮੇਰੇ ਕੋਲ ਨਹੀਂ ਆਏ। ਠੀਕ ਹੈ ਸਰ, ਅਤੇ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦੇਣ ਦਾ ਸਰ। ਯਾਰ ਵਿੱਟੂ ਸਾਹਿਬ, ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ, ਅਤੇ ਮੈਨੂੰ ਇਹ ਤੁਸੀਂ ਸ਼ਰਫ ਬਖਸ਼ਦੇ ਆ ਰਿਹਾ ਕਰੋ ਕਿ ਆਉਂਦੇ ਜਾਂਦੇ ਰਿਹਾ ਕਰੋ, ਅਹਿਸਾਸ ਰਹਿੰਦਾ, ਮੁਹੱਬਤ ਵੀ ਵੱਧਦੀ ਹੈ, ਅਤੇ ਤੁਹਾਡੀ ਜੀਵ ਜਿਹੜੀ ਪਰਸਨੈਲਿਟੀ ਹੈ ਜਾਂ ਜਿਹੋ ਜਿਹਾ ਤੁਸੀਂ ਪੰਜਾਬ 'ਤੇ ਜਾਂ ਆਪਣੀ ਪੰਜਾਬੀ ਲੈਂਗੁਏਜ 'ਤੇ ਕੰਮ ਕਰ ਰਹੇ ਹੋ, ਮੇਰੀ ਦੁਆ ਹੈ ਕਿ ਅੱਲਾ ਤੁਹਾਡੇ ਕੰਮ ਵਿੱਚ ਬਰਕਤ ਪਾਵੇ। ਆਮੀਨ। ਅਤੇ ਇਸ ਬਰਕਤ ਨਾਲ ਪੰਜਾਬ ਦੇ ਪੰਜਾਬੀਆਂ ਨੂੰ ਇੱਕ ਪੋਜ਼ਿਟਿਵ ਮੈਸੇਜ ਜਾਵੇ। ਬਿਲਕੁਲ। ਅਤੇ ਮੈਂ ਤੁਹਾਨੂੰ ਫੋਲੋ ਕਰਦਾ ਰਹਿੰਦਾ, ਬੜੀ ਖੁਸ਼ੀ ਹੁੰਦੀ ਹੈ ਮੇਰੇ ਲਈ ਵੱਡੀ ਖੁਸ਼ੀ ਦੀ ਜੀ। ਅਸੀਂ ਕਿੱਥੇ ਬੈਠੇ ਹਾਂ ਇਸ ਵੇਲੇ ਫਕੀਰ ਸਾਹਿਬ? ਤਾਰੀਖੀ ਇਤਬਾਰ ਨਾਲ ਦੱਸਾਂ ਜੀ 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 ਤਾਰੀਖੀ ਇਤਬਾਰ ਨਾਲ ਅਸੀਂ ਇੱਕ ਮੁਸ਼ਕਿਲ ਦੌਰ 'ਚ ਬੈਠੇ ਹਾਂ। ਇਹ ਪਾਕਿਸਤਾਨ ਦਾ ਵਾਹਿਦ ਰੈਕਨਾਈਜ਼ਡ ਪ੍ਰਾਈਵੇਟ ਮਿਊਜ਼ੀਅਮ ਹੈ, ਅਤੇ ਇਹਦੇ ਵਿੱਚ 20,000 ਤੋਂ ਜ਼ਿਆਦਾ ਐਂਟੀਕਸ ਮੌਜੂਦ ਨੇ। ਅਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਕਿ ਸਭ ਤੋਂ ਜ਼ਿਆਦਾ ਜਿਹੜੀ ਇਹ ਚੀਜ਼ਾਂ ਨੇ ਜਿਹੜੀ ਨੁਮਾਇੰਦਗੀ ਇਹਦੇ ਵਿੱਚ ਉਹ ਸਿੱਖ ਉਹ ਪੰਜਾਬੀ ਰਾਜ ਹੈ। ਦ ਪੰਜਾਬੀ ਰਾਜ ਮੀਨਸ ਦ ਪੀਰੀਅਡ ਆਫ ਮਹਾਰਾਜਾ ਰਣਜੀਤ ਸਿੰਘ। ਠੀਕ। ਉਹਨਾਂ ਦੀ ਪਰਸਨਲ ਬਿਲੋਂਗਿੰਗਸ, ਉਹਨਾਂ ਦੀ ਜ਼ਾਤੀ ਚੀਜ਼ਾਂ, ਉਹਨਾਂ ਦੇ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ, ਉਹ ਇੱਥੇ ਮਹਿਫੂਜ਼ ਨੇ। ਤੁਸੀਂ ਬਹੁਤ ਸੋਹਣੇ ਢੰਗ ਨਾਲ ਦੱਸਿਆ ਕਿ ਇਹਦੇ ਅੰਦਰ ਨਾ ਸਿਰਫ ਪੰਜਾਬੀਆਂ ਦਾ ਆਪਣਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸੀ ਉਹਦੇ ਉਸ ਦੌਰ ਤੋਂ ਰਿਲੇਟਡ ਚੀਜ਼ਾਂ ਤੁਸੀਂ ਇੱਥੇ ਸਾਂਭੀਆਂ ਹਨ, ਬਲਕਿ ਉਸ ਤੋਂ ਪਹਿਲੇ ਦੀਆਂ ਵੀ। ਇਟਸ ਮੀਨ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਤਾਰੀਖ ਦਾ ਇੱਕ ਵੱਡਾ ਸੋਰਸ ਜਿਹੜਾ ਹੈ ਸਾਨੂੰ ਫਕੀਰਖਾਨਾ ਮਿਊਜ਼ੀਅਮ ਹੈ। ਖਾਸ ਮਹਾਰਾਜਾ ਰਣਜੀਤ ਸਿੰਘ ਨਾਲ ਤੁਹਾਡੀ ਫੈਮਿਲੀ ਨੂੰ ਮੁਹੱਬਤ ਰਹੀ ਹੈ ਜੀ, ਔਰ ਇਹ ਤੁਹਾਡੇ ਜਿਵੇਂ ਮੈਂ ਪਹਿਲੇ ਦੱਸ ਚੁੱਕਾ ਖੂਨ ਦੇ ਅੰਦਰ ਚੀਜ਼ਾਂ ਸ਼ਾਮਿਲ ਆਉਂਦੀਆਂ ਨੇ। ਅੱਜ ਵੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਤਸਵੀਰਾਂ ਉਹਨਾਂ ਦੇ ਮੁਜਸਮੇ ਸਜਾ ਕੇ ਬੈਠੇ ਹੋ, ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਅਗਰ ਉਹਨਾਂ ਦੀ ਪਰਸਨੈਲਿਟੀ ਬਾਰੇ ਵੀ ਜਾਣਨਾ ਹੋਵੇ ਤਾਂ ਤੁਹਾਡੇ ਤੋਂ ਵੱਧ ਕੇ ਇੱਥੇ ਪੰਜਾਬ ਦੀ ਉਹ ਫੇਰ ਹਿਸਟਰੀ ਸ਼ਾਇਦ ਹੀ ਸਾਨੂੰ ਕਿਸੇ ਤੋਂ ਮਿਲੀ। ਬਾਕੀ ਸਾਰੇ ਥੋੜ੍ਹੇ ਬਹੁਤ ਰੜਾ ਕਰ ਜਾਂਦੇ ਹਨ, ਉਹਨਾਂ ਦੇ ਆਪਣੇ ਆਪਣੇ ਵਿਊ ਪੁਆਇੰਟ ਹੁੰਦੇ ਨੇ ਔਰ ਉਹਨਾਂ ਵਿਊ ਪੁਆਇੰਟਸ ਦੇ ਅੰਦਰ ਆਪਣੇ ਆਪਣੇ ਵੇਲੇ ਦੇ ਬੈਨੀਫਿਟਸ ਜੁੜੇ ਹੁੰਦੇ ਨੇ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਗੁਜਰਾਂਵਾਲਾ ਤੋਂ ਲਾਹੌਰ ਬੁਲਾਇਆ ਜਾਂਦਾ ਹੈ ਤਾਂ ਬੁਲਾਉਣ ਵਾਲੇ ਕਿਹੜੇ ਹਨ, ਜਿਨ੍ਹਾਂ ਨੇ ਖੱਤ ਲਿਖੇ ਸਨ, ਉਹ ਲੋਕ ਕੌਣ ਸਨ? ਇਹ ਬੜੀ ਇੰਟਰਸਟਿੰਗ ਸਵਾਲ ਹੈ ਅਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਤੁਸੀਂ ਇਹੋ ਜਿਹਾ ਸਵਾਲ ਪੁੱਛਿਆ। ਸਭ ਤੋਂ ਪਹਿਲੀ ਗੱਲ ਹੈ ਜੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸਮਝਣ ਵਾਸਤੇ ਪੰਜਾਬ ਦੀ ਤਾਰੀਖ ਨੂੰ ਸਮਝਣਾ ਜ਼ਰੂਰੀ ਹੈ। ਪ੍ਰੀ ਮਹਾਰਾਜਾ ਰਣਜੀਤ ਸਿੰਘ ਇੱਥੇ ਕੀ ਹੋਇਆ ਤਾਂ ਉਹਦਾ ਮੁਖਤਸਰ ਜਵਾਬ ਹੈ ਕਿ ਸਾਡੇ ਹਿਸਟੋਰੀਅਨਸ ਨੇ ਲਿਖਿਆ ਕਿ ਇੱਥੇ 70 ਸਦਮੇ ਹੋਏ
ਯਾਨੀ ਕਿ 70 ਵਾਰੀ ਅਫਗਾਨ ਨੇ, ਅਫਗਾਨ ਕਹਿਣਾ ਜ਼ਰਾ ਗਲਤ ਹੈ, ਤਾਰੀਖੀ ਅਤਬਾਰ ਨਾਲ ਲੈ ਦੁਰਾਨੀ ਅਬਦਾਲੀ ਕਹਿ ਸਕਦੇ, ਇਹ ਇਰਾਨੀ ਕਬਾਇਲ ਸਨ ਜਿਨ੍ਹਾਂ ਨੇ ਅਫਗਾਨਿਸਤਾਨ 'ਤੇ ਪੂਰੇ ਅਟਕ ਤਿਕਰ ਉਹਨਾਂ ਨੇ ਕਬਜ਼ਾ ਕਰ ਲਿਆ ਸੀ, ਅਤੇ ਉਹਨਾਂ ਨੇ ਆਪਣੀ ਮਸ਼ਕ ਗਾਹ ਬਣਾ ਲਈ ਸੀ ਪੰਜਾਬ ਨੂੰ, ਉਹ ਦਿੱਲੀ ਤਿਕਰ ਵੀ ਗਏ। ਨਾਦਰ ਸ਼ਾਹ ਦੁਰਾਨੀ ਦਾ ਹਮਲਾ ਅਤੇ ਕਰਨਾਲ 'ਤੇ ਉਹਦੀ ਜੰਗ ਮੁਗਲਾਂ ਦੇ ਨਾਲ, ਉਸ ਜੰਗ ਦਾ ਫਿਰ ਬਦਲਾ ਉਹਨੇ ਲਿੱਤਾ ਦਿੱਲੀ ਪਹੁੰਚ ਕੇ, ਅਤੇ ਜਿਹੜਾ ਮੈਸੇਕਰ ਕੀਤਾ, ਫਿਰ ਦਿੱਲੀ ਤੋਂ ਤਖ਼ਤੇ ਤਾਊਸ ਮੁਹੰਮਦ ਸ਼ਾਹ, ਜਿਹਨੂੰ ਤੁਸੀਂ ਮੁਹੰਮਦ ਸ਼ਾਹ ਰੰਗੀਲਾ ਕਹਿੰਦੇ ਹੋ, ਉਸਦੇ ਕੋਲ ਤਖ਼ਤੇ ਤਾਊਸ ਵੀ ਲੈ ਗਿਆ, ਸੋਨਾ ਚਾਂਦੀ ਜ਼ੇਵਰਾਤ ਸਿਲਕ ਕਿਮਖਾਬ ਅਤਲਸ ਸਾਰੇ, ਅਤੇ ਕਹਿੰਦੇ ਨੇ 69 ਕੈਮਲ ਕੋਟਸ ਭਰ ਕੇ ਵਾਪਸ ਲੈ ਕੇ ਗਿਆ, ਅਮੀਰ ਹੋ ਗਿਆ। ਦੁਰਾਨੀ ਤੋਂ ਬਾਅਦ, ਉਹਦੇ ਮਰਨ ਤੋਂ ਬਾਅਦ, ਔਰ ਦੂਜਾ ਜਿਹੜਾ ਸਿਪਾਹ ਸਲਾਰ ਸੀ ਅਹਿਮਦ ਸ਼ਾਹ ਅਬਦਾਲੀ, ਉਹਨੇ ਦੁਰਾਨੀ ਦੀ ਅਮਲਾਕ ਦੀ ਜਾਇਦਾਦ 'ਤੇ ਸਾਰਾ ਕਬਜ਼ਾ ਕਰ ਲਿਆ ਸੀ। ਠੀਕ, ਅਤੇ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੂੰ ਪੈਸੇ ਦੀ ਜ਼ਰੂਰਤ ਸੀ, ਅਤੇ ਉਹਨੇ ਚਲੋ ਪੰਜਾਬ ਦੁਬਾਰਾ ਤੋਂ ਅਤੇ ਇਹ ਹਰ ਸਾਲ ਆਉਂਦੇ ਸਨ, ਇਹ ਸਾਡੀਆਂ ਸਰਦੀਆਂ ਦੇ ਵਿੱਚ, ਕਿਉਂਕਿ ਸਰਦੀਆਂ 'ਚ 5 ਦਰਿਆ ਕ੍ਰੋਸ ਕਰਨੇ ਆਸਾਨ ਸਨ, ਅਤੇ ਆਉਂਦੇ ਸਨ ਇੱਥੇ, ਹਾਰਵੈਸਟ ਕਰਦੇ ਸਨ, ਸਾਡੀ ਗੰਦਮ ਵੱਢਦੇ ਸਨ, ਸਾਡਾ ਅਨਾਜ ਕੱਢਦੇ ਸਨ, ਅਤੇ ਖਿਰਾਜ ਲੈਂਦੇ ਸਨ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ। ਉਸ ਲਈ ਇਹੀ ਮਿਸਾਲਾਂ ਬਣੀਆਂ, ਜਿਹੜੀਆਂ ਖਾਣਾ ਬਣੀਆਂ ਅੱਜ ਵੀ ਲੋਕਾਂ ਨੂੰ ਯਾਦ ਹੈ। ਅਤੇ ਇਹਨਾਂ ਨੇ 70 ਸਾਲ ਦਾ ਬਾਜ਼ਾਰ ਬੜਾ ਗਰਮ ਰੱਖਿਆ, ਅਤੇ ਇਹ ਵੀ ਗੱਲ ਹਕੀਕਤ ਹੈ ਕਿ ਲਾਹੌਰ ਦੀ ਆਬਾਦੀ ਇਹਨਾਂ ਦੇ ਮਜ਼ਾਲਿਮ ਤੋਂ ਘੱਟ ਕੇ 45% ਰਹਿ ਗਈ ਸੀ। 65% ਆਫ ਦ ਪੀਪਲ ਦੇ ਮਾਈਗ੍ਰੇਟਿਡ ਦਮਸੈਲਵਸ ਫਰੋਮ ਲਾਹੌਰ ਟੂ ਦੂਰ ਦਰਾਜ਼ ਇਲਾਕਿਆਂ ਅਤੇ ਪਿੰਡਾਂ ਥਾਵਾਂ ਦੇ ਵਿੱਚ ਜਾ ਕੇ ਆਪਣੀ ਹਵੇਲੀਆਂ ਆਪਣੇ ਘਰ ਆਪਣੇ ਬਾਹਰ ਛੱਡ ਕੇ, ਇੱਥੋਂ ਲਾਹੌਰ ਖਾਲੀ ਹੋ ਗਿਆ ਸੀ। ਇਹਨਾਂ ਲੋਕਾਂ ਨੇ ਮੁਜ਼ਾਲਿਮ ਬੜੇ ਕੀਤੇ, ਈਵਨ ਕਿ ਖਿਰਾਜ ਦੇ ਵਿੱਚ ਸਾਡੀਆਂ ਔਰਤਾਂ ਨੂੰ, ਸਾਡੀਆਂ ਬੱਚਿਆਂ ਨੂੰ ਇੱਥੇ ਬਾਂਦੀ ਬਣਾ ਕੇ ਲੈ ਜਾਂਦੇ ਸਨ। ਮੈਂ ਇਹ ਨਹੀਂ ਕਹਿ ਰਿਹਾ ਕਿ ਮੁਸਲਮਾਨਾਂ ਨੂੰ, ਪੰਜਾਬੀਆਂ ਨੂੰ, ਪੰਜਾਬੀਆਂ ਨੂੰ ਤਾਂ ਸਾਰੇ ਸ਼ਾਮਿਲ, ਸਾਰੇ ਸ਼ਾਮਿਲ। ਅਤੇ ਇਹ ਜਿਹੜਾ 70 ਸਾਲ ਦਾ ਪੀਰੀਅਡ ਹੈ, ਇਹ ਬੜਾ ਇੰਪੋਰਟੈਂਟ ਪੀਰੀਅਡ ਹੈ, ਇਹ ਬੜਾ ਡਿਪਰੈਸ਼ਨ ਦਾ ਪੀਰੀਅਡ ਹੈ। ਇਹਦੇ ਵਿੱਚ ਜਿੰਨਾ ਬੁਰਾ ਡਿਪਰੈਸ਼ਨ ਇਹਨਾਂ ਨੇ ਕੀਤਾ ਤਾਰੀਖੀ ਐਤਬਾਰ ਨਾਲ, ਜੇ ਲਿਖਣ 'ਤੇ ਆਈਏ ਤਾਂ ਦਿਲ ਖੂਨ ਦੇ ਆਂਸੂ ਰੋਂਦਾ। ਲਾਹੌਰ ਦੇ ਲੋਕ ਇਸ ਸਿਸਟਮ ਤੋਂ, ਅਤੇ ਸਿਰਫ ਇਹ ਸਿਰਫ ਇੱਕ ਇਹ ਗੱਲ ਨਹੀਂ ਹੋਈ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਵੀ ਵਰ ਇਨ ਟੂ ਡਬਲ ਜੈਪੋਟੀ, ਸਾਡੇ 'ਤੇ ਪੰਗੀ ਮਿਸਲ ਸਰਦਾਰ, 3 ਸਰਦਾਰ ਸਾਡੇ 'ਤੇ ਕਾਬਿਜ਼ ਹੋ ਗਏ। 6 ਮਹੀਨੇ ਉਹ ਰੂਲ ਕਰਦੇ ਸਨ, 6 ਮਹੀਨੇ ਇਹ ਰੂਲ ਕਰਦੇ ਸਨ, ਕੋਈ ਪੁਰਸਾਨੇ ਹਾਲ ਨਹੀਂ ਸੀ ਲਾਹੌਰੀਆਂ ਦਾ ਜਾਂ ਪੰਜਾਬ ਦਾ, ਇਹਨਾਂ ਤੋਂ ਕੋਲੋਂ ਬੜੇ ਤੰਗ ਸਨ। ਅਤੇ ਲਾਹੌਰ ਦੇ ਲੋਕ ਨੇ ਸਿਰ ਜੋੜਿਆ ਕਿ ਯਾਰ ਅਸੀਂ ਇਸ ਅਜ਼ਾਬ ਤੋਂ ਕਿਸ ਤਰ੍ਹਾਂ ਨਿਕਲੀਏ, ਸਾਨੂੰ ਇੱਕ ਨਵੀਂ ਲੀਡਰਸ਼ਿਪ ਚਾਹੀਦੀ। ਜਿਹੜੀ ਨਵੀਂ ਲੀਡਰਸ਼ਿਪ ਦਾ ਮਾਮਲਾ ਸੀ, ਉਸ ਵੇਲੇ
ਬੜੇ ਬੜੇ ਸੂਰਮਾ ਬੜੇ ਬੜੇ ਸਰਦਾਰਾਂ ਦੀ ਕਮੀ ਨਹੀਂ ਸੀ, ਬੜੇ ਨਿਆਈ ਬੰਦੇ ਬੜੇ ਕਮਾਲ ਜਨਰਲਸ ਮੌਜੂਦ ਸਨ ਜਿਨ੍ਹਾਂ ਦੀ ਪੋਲੀਟੀਕਲ ਤਾਕਤ, ਉਹ ਮਿਸਲਾਂ ਦੇ ਸਰਦਾਰ ਵੀ ਸਨ ਜੀ ਬਿਲਕੁਲ, ਅਤੇ ਇਹਨਾਂ ਨੇ ਚੂਜ਼ ਕੀਤਾ ਲਾਹੌਰ ਦੇ ਲੋਕਾਂ ਨੇ। ਸਾਡੇ 18 ਸਾਲ ਦਾ ਲੜਕਾ ਜੇ ਅਸੀਂ ਇਹਨੂੰ ਆਪਣਾ ਬਾਦਸ਼ਾਹ ਬਣਾਈਏ ਤਾਂ ਸਾਡੀਆਂ ਚਾਰ ਸ਼ਰਤਾਂ ਨੇ, ਇਹ ਸਾਡੀ ਚਾਰ ਸ਼ਰਤਾਂ ਮੰਨ ਲੈ ਤਾਂ ਇੱਕ ਨਵਾਂ ਦੌਰ ਸਾਡਾ ਸ਼ੁਰੂ ਹੋ ਸਕਦਾ। ਉਹ ਜਿਹੜਾ ਥਿੰਕ ਟੈਂਕ ਸੀ ਠੀਕ ਲਾਹੌਰ ਦਾ, ਜਿਹਦੇ ਵਿੱਚ ਮੈਰ ਮੁਕਮਦੀਨ ਸੀ, ਮੈਰ ਸ਼ਰਾਫਤ ਅਲੀ ਸੀ, ਸ਼ਾਦੀ ਖਾਨ ਸਨ, ਹੋਰ ਵੀ ਨਾਂ ਨੇ, ਇਹ ਕੁਝ 13 ਲੋਕਾਂ ਦੀ ਅਕਸਰੀਅਤ ਉਸ ਥਿੰਕ ਟੈਂਕ ਦੀ ਉਹ ਮੁਸਲਮਾਨ ਪੰਜਾਬੀ ਜੀ, 11 ਸਿਗਨੇਚਰਸ ਮੁਸਲਮਾਨਾਂ ਨੇ ਕੀਤੇ ਖਤ ਤੇ, ਤੇ ਇੱਕ ਹਕੀਮ ਹਾਕਿਮ ਰਾਏ ਤੇ ਇੱਕ ਗੁਰੂ ਰਜਨੇਸ਼ ਸਿੰਘ, ਇੱਕ ਸਿੱਖ ਤੇ ਇੱਕ ਹਿੰਦੂ, ਬਾਕੀ ਤਮਾਮ 11 ਲੋਕਾਂ ਨੇ ਇੱਕ ਲੈਟਰ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਜਿਆ। ਉਸ ਵੇਲੇ ਸਰਦਾਰ ਰਣਜੀਤ ਸਿੰਘ ਸੀ, ਸੱਕਰ ਚੁੱਕਿਆ ਮਿਸਲ ਦਾ ਸਰਦਾਰ ਸੀ, 18.5 ਸਾਲ ਉਹਦੀ ਉਮਰ ਸੀ, ਗੁਜਰਾਂਵਾਲਾ ਦਾ ਰਹਿਣ ਵਾਲਾ ਸੀ, ਤਾਂ ਉਹਨੂੰ ਕਿਹਾ ਕਿ ਸਾਡੀਆਂ ਚਾਰ ਸ਼ਰਤਾਂ ਮਨਜ਼ੂਰ ਕਰ ਅਤੇ ਅਸੀਂ ਤੈਨੂੰ ਆਪਣਾ ਬਾਦਸ਼ਾਹ ਬਣਾ ਲੈਂਦੇ। ਸਾਡੀ ਪਹਿਲੀ ਸ਼ਰਤ ਹੈ ਕਿ ਅਸੀਂ ਜਿਸ ਤੈਨੂੰ ਬਾਦਸ਼ਾਹ ਬਣਾਈਏ ਤੂੰ ਸਾਨੂੰ ਲੁੱਟੇਗਾ ਨਹੀਂ, ਕਿਉਂਕਿ ਅਸੀਂ 70 ਸਾਲ ਤੋਂ ਲੁੱਟਦੇ ਚੱਲਦੇ ਆ ਰਹੇ ਹਾਂ, ਲੁੱਟਦੇ ਹੀ ਆ, ਚੁੱਲ੍ਹੇ ਟੈਕਸ ਸਾਡੇ ਕੋਲ ਸਾਨੂੰ ਪੈ ਗਏ, ਹਰ ਸ਼ੈ ਸਾਨੂੰ ਪੈ ਗਈ। ਦੂਜੀ ਗੱਲ ਇਹ ਕਿ ਤੂੰ ਸਾਨੂੰ ਨਵਾਨੀਆਂ ਤੋਂ ਅਤੇ ਪੰਗੀ ਸਰਦਾਰਾਂ ਤੋਂ ਪ੍ਰੋਟੈਕਸ਼ਨ ਦੇਗਾ, ਠੀਕ। ਤੀਸਰੀ ਗੱਲ ਇਹ ਕਿ ਸਾਨੂੰ ਅਦਾਲਤਾਂ ਦੇ ਵਿੱਚ ਇਨਸਾਫ ਦੇਗਾ, ਅਤੇ ਚੌਥੀ ਜਿਹੜੀ ਗੱਲ ਇਹ ਸਾਡੀ ਇਬਾਦਤ ਗਾਹਾਂ ਨੂੰ ਇਬਾਦਤ ਵਾਸਤੇ ਖੋਲੇਗਾ। ਰਣਜੀਤ ਸਿੰਘ ਨੇ ਬਾਦਸ਼ਾਹੀ ਮਸਜਿਦ ਦੇ ਵਿੱਚ ਘੋੜੇ ਬੰਨ ਦਿੱਤੇ, ਇਹਨੂੰ ਅਸਤਬਲ ਬਣਾ ਦਿੱਤਾ, ਇਹ ਤੇ ਐਗਰੀਮੈਂਟ ਹੀ ਪਹਿਲੇ ਹੋ ਰਿਹਾ ਵੀ ਇਬਾਦਤ ਗਾਹਾਂ ਦੀ ਹਿਫਾਜ਼ਤ ਹੋਏ, ਬਿਲਕੁਲ ਐਗਰੀਮੈਂਟ ਪਹਿਲੇ ਹੋ ਰਿਹਾ। ਇਹ ਜਿਹੜੀਆਂ ਚਾਰ ਸ਼ਰਾਇਤ ਸਨ, ਹੁਣ ਤੁਹਾਨੂੰ ਖੁਦ ਬਖੁਦ ਜੀ ਤੁਹਾਡੇ ਸਵਾਲਾਂ ਦਾ ਜਵਾਬ ਮਿਲ ਜਾਏਗਾ ਜੀ। ਮਹਾਰਾਜਾ ਰਣਜੀਤ ਸਿੰਘ ਨੂੰ ਅਤੇ ਸਾਰੀ ਜ਼ਿੰਦਗੀ ਚਾਰ ਸ਼ਰਾਇਤਾਂ 'ਤੇ ਅਮਲ ਕੀਤਾ। ਲਾਹੌਰ ਆਇਆ, ਮੈਰ ਮੁਕਮਦੀਨ ਨੇ ਲੋਹਾਰੀ ਦਰਵਾਜ਼ਾ ਜਿਹੜਾ ਉਹਦਾ, ਮੈਰ ਮੁਕਮਦੀਨ ਸਾਹਿਬ ਜਿਹੜੇ ਸਨ ਉਹ ਲੋਹਾਰੀ ਦਰਵਾਜ਼ੇ ਦੇ ਡਿਊੜੀਦਾਰ ਸਨ, ਉਹਨਾਂ ਨੇ ਦਰਵਾਜ਼ਾ ਖੋਲ੍ਹਤਾ, ਛੋਟੀ ਜਿਹੀ ਫੌਜ ਨਾਲ ਲਾਏ, ਅਤੇ ਇੱਥੇ ਜਿਹੜੇ 3 ਪੰਗੀ ਸਰਦਾਰਾਂ ਦੀ ਔਲਾਦਾਂ ਸਨ ਉਹ ਇੱਥੇ ਕਾਬਿਜ਼ ਸਨ। ਮਹਾਰਾਜਾ ਰਣਜੀਤ ਸਿੰਘ ਨੇ 3 ਦਿਨ ਲੜਾਈ ਕੀਤੀ, 2 ਦਿਨ ਲੜਾਈ ਇਹਦੀ, ਇੱਕ ਦਿਨ ਲੜਾਈ ਇਹਦੀ ਬਾਰੋ ਬਾਰ ਰਹੀ ਹੈ। ਗੁੱਜਰ ਸਿੰਘ ਨੇ ਆਪਣਾ ਕਿਲ੍ਹਾ ਤਿਆਰ ਕੀਤਾ ਸੀ, ਕਿਲ੍ਹਾ ਗੁੱਜਰ ਸਿੰਘ ਜੀ, ਉਹਨੂੰ ਫਤਿਹ ਕੀਤਾ। ਫਿਰ ਇਹ ਸੋਭਾ ਸਿੰਘ ਕੋਲ ਗਿਆ, ਜਿਹਦੇ ਕੋਲ ਨਵਾਂ ਕੋਟ ਦਾ ਇਲਾਕਾ ਸੀ, ਠੀਕ, ਉਹਦੇ ਬੱਚੇ ਉੱਥੇ ਇੰਚਾਰਜ ਸਨ। ਉਹ ਨਵਾਂ ਕੋਟ ਵਿੱਚ ਸਬਜ਼ੀ ਮੰਡੀ ਸੀ ਅਤੇ ਦਰਾਵੀ ਦੇ ਬਿਲਕੁਲ ਕਿਨਾਰੇ ਸੀ, ਉਹਨਾਂ ਨੇ ਉਹਦਾ ਕਬਜ਼ਾ ਲਿੱਤਾ। ਫਿਰ ਅੰਦਰ ਆ ਕੇ ਲਹਿਣਾ ਸਿੰਘ ਤੋਂ ਕਬਜ਼ਾ ਲਿਆ ਲਾਹੌਰ ਦਾ, ਉਹਨਾਂ ਦੇ ਬੱਚੇ ਇੱਥੇ ਸਨ, ਅਤੇ ਉਸ ਲਈ ਇੱਕ ਬਾਣੀ ਬਣੀ, ਅਖਾਣ ਬਣੀ, ਉਹ ਤੁਹਾਨੂੰ ਮੈਂ ਸੁਣਾਉਣਾ ਜੀ ਪਲੀਜ਼, ਕਿਉਂਕਿ ਸਾਡੇ ਪੰਜਾਬੀ 'ਚ ਵੱਟੂ ਸਾਹਿਬ ਜੇ ਤੁਹਾਡੀ ਫੈਮਿਲੀ ਆਏਗੀ ਤਾਂ ਅਸੀਂ ਕਹਾਂਗੇ ਵੱਟੂ ਕੇ ਆਏ ਨੇ,
ਹਾਂ ਵੱਟੂ ਕੇ ਆਏ, ਵੱਟੂ ਕੇ ਆਏ ਜੀ ਅਤੇ ਉਸ ਲਈ ਇਹ ਬਾਣੀ ਬਣੀ ਸੋਭੇ ਕਿਆਂ ਦੀ ਸੋਭਾ ਗਈ। ਸੋਭੇ ਕਿਆਂ ਦੀ ਸੋਭਾ ਗਈ, ਸੋਭਾ ਕਹਿੰਦੇ ਖੂਬਸੂਰਤੀ ਨੂੰ ਜੀ ਜੀ, ਸੋਭੇ ਕਿਆਂ ਦੀ ਸੋਭਾ ਗਈ ਅਤੇ ਗੁੱਜਰ ਕਿਆਂ ਦਾ ਗਿਆ ਮਾਲ, ਲੈਣੇ ਕਿਆਂ ਨੂੰ ਦੇਣਾ ਪਿਆ ਅਤੇ ਤਿੰਨੇ ਹੋਏ ਕੰਗਾਲ। ਸਹੀ, ਵੇਖ ਮੇਰੇ ਮਹਾਰਾਜ ਦੀ ਚਾਲ, ਵੇਖ ਮੇਰੇ ਮਹਾਰਾਜ ਦੀ ਚਾਲ। ਅਤੇ ਮਹਾਰਾਜਾ ਰਣਜੀਤ ਸਿੰਘ ਜਿਸ 1799 ਦੇ ਵਿੱਚ ਜੂਨ ਦੇ ਮਹੀਨੇ 'ਚ ਲਾਹੌਰ 'ਤੇ ਆਉਂਦੇ ਨੇ, ਲਾਹੌਰ 'ਚ ਫਿਰ ਚਿਰਾਗਾ ਹੁੰਦਾ ਅਤੇ ਇੰਨਾ ਪੂਅਰ ਲਾਹੌਰ ਹੁੰਦਾ, ਇੰਨਾ ਗਰੀਬ ਲਾਹੌਰ ਹੁੰਦਾ ਕਿ ਉਹਨਾਂ ਕੋਲ ਸਰਕਾਰੀ ਤਾਂ ਉਹਨਾਂ ਦੇ ਕੋਲ ਦੇਸੀ ਘਿਓ ਵੀ ਨਹੀਂ ਹੁੰਦਾ ਕਿ ਜਿਸ ਦੇ ਤੋਂ ਬੱਤੀਆਂ ਜਲਾ ਸਕਣ। ਉਹ ਸਰਕਾਰੀ ਤੌਰ 'ਤੇ ਦਿੱਤਾ ਗਿਆ ਕਿ ਇਹਨਾਂ ਨੂੰ ਘਿਓ ਦਿਓ ਸਾਰੇ ਘਰਾਂ ਨੂੰ ਕਿ ਇਹ ਚਿਰਾਗਾ ਕਰਨ, ਅਤੇ ਚਿਰਾਗ ਹੁੰਦਾ ਅਤੇ ਇਸ ਤੋਂ ਬਾਅਦ ਪੰਜਾਬ ਦਾ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਜਿਹੜਾ ਤਰੱਕੀ ਦਾ, ਅਮਨ ਦਾ, ਮਾਰਾਮਾਰੀ ਮੁੱਕਦੀ ਹੈ, ਮਾਰਾਮਾਰੀ ਮੁੱਕਦੀ, ਅਮਨ ਵੱਲ ਵੱਧਦੇ, ਅਮਨ ਵੱਲ ਵੱਧਦੇ ਨੇ, ਅਤੇ 40 ਸਾਲ ਦਾ ਜਿਹੜਾ ਦੌਰ ਹੈ ਦੈਟ ਇਜ਼ ਦੀ ਗੋਲਡਨ ਪੀਰੀਅਡ। ਸਰ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇਸ ਚੀਜ਼ ਨੂੰ ਨਰੇਟ ਕਰ ਰਹੇ ਹੋ, ਲੇਕਿਨ ਇੱਕ ਅਵਾਮੀ ਮਿੱਥ ਜਿਹੜੀ ਹੈ ਖਾਸ ਕਰ ਲਹਿੰਦੇ ਪੰਜਾਬ ਦੇ ਅੰਦਰ, ਉਹ ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦੀ ਗੱਲ ਆਉਂਦੀ ਹੈ ਤਾਂ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਪੀਰੀਅਡ ਉਹ ਹੈ ਜਦੋਂ ਬਾਦਸ਼ਾਹੀ ਮਸਜਿਦ ਦੇ ਵਿੱਚ ਇੱਥੇ ਆ ਕੇ ਉਸਨੇ ਘੋੜੇ ਬੰਨੇ, ਔਰ ਇਸ ਤੋਂ ਬਾਅਦ ਜਿਹੜੇ ਇੱਥੋਂ ਦੇ ਬਿਲਡਿੰਗ ਦੇ ਅੰਦਰ ਅੰਦਰ ਸੋਨਾ ਸੀ ਔਰ ਬਾਹਰ ਸੋਨਾ ਸੀ ਉਸ ਨੂੰ ਇੱਥੋਂ ਉਤਾਰ ਕੇ ਅਤੇ ਉਹਨਾਂ ਨੇ ਗੋਲਡਨ ਟੈਂਪਲ 'ਤੇ ਲਵਾਇਆ ਔਰ ਸਾਰਾ ਜਿਹੜੀ ਇੱਥੋਂ ਦੇ ਮਤਲਬ ਸੋਨਾ ਸੀ ਉਹ ਮੂਵ ਕਰ ਦਿੱਤਾ, ਔਰ ਉਸ ਤੋਂ ਬਾਅਦ ਇੱਥੋਂ ਦੀਆਂ ਔਰਤਾਂ ਅਤੇ ਮੁਸਲਮਾਨ ਔਰਤਾਂ 'ਤੇ ਖਾਸ ਕਰ ਮੁਸਲਿਮ ਔਰਤਾਂ 'ਤੇ ਜ਼ੁਲਮ ਜਿਹੜੇ ਉਹਦੇ ਬਾਜ਼ਾਰ ਗਰਮ ਕੀਤੇ ਔਰ ਉਹਨਾਂ ਦੇ ਨਾਲ ਜ਼ਨਾਹ ਕੀਤੇ, ਔਰ ਇਹ ਕਿਤਨਾ ਜ਼ਾਲਮ ਔਰ ਬਦਕਾਰ ਸ਼ਖਸ ਜਿਹੜਾ ਹੈ ਉਹ ਸੀ ਮਹਾਰਾਜਾ ਰਣਜੀਤ ਸਿੰਘ। ਇਸ ਸਵਾਲ ਦੇ ਵਿੱਚ ਕੋਈ ਹਕੀਕਤ ਨਹੀਂ ਹੈ, ਹਿਸਟਰੀ ਇਸ 'ਤੇ ਬਿਲਕੁਲ ਬਰਕਸ ਹੈ, ਤਾਰੀਖ ਦੇ ਵਿੱਚ ਐਸੀ ਕੋਈ ਮਿਸਾਲ ਮੌਜੂਦ ਨਹੀਂ, ਬਲਕਿ ਰਿਕਾਰਡ ਮਹਿਫੂਜ਼ ਹੈ, ਰਿਕਾਰਡ ਛਪ ਵੀ ਚੁੱਕਿਆ, ਕਿਤਾਬਾਂ 'ਚ ਵੀ ਆ ਚੁੱਕਿਆ ਅਤੇ ਪ੍ਰਾਇਮਰੀ ਸੋਰਸਿਸ ਮੌਜੂਦ ਨੇ ਕਿ ਮਹਾਰਾਜਾ ਨੇ ਐਸਾ ਕੋਈ ਕੰਮ ਨਹੀਂ ਕੀਤਾ। ਠੀਕ, ਮਹਾਰਾਜਾ ਦੇ ਦੌਰ ਦੇ ਵਿੱਚ ਕੋਈ ਕੈਪੀਟਲ ਪਨਿਸ਼ਮੈਂਟ ਨਹੀਂ ਸੀ, ਖਿਆਲ ਰੱਖਣਾ, ਮਹਾਰਾਜਾ ਦੇ ਦੌਰ ਦੇ ਵਿੱਚ ਇਕੁਅਲ ਰਾਈਟਸ ਸਨ, ਕੋਈ ਸੈਕਿੰਡ ਸਿਟੀਜ਼ਨਸ਼ਿਪ ਨਹੀਂ ਸੀ। ਠੀਕ, ਮੇਰੀ ਗੱਲ ਫੋਲੋ ਕਰ ਰਹੇ ਹੋ? ਉਹਨਾਂ ਦਾ ਸਿਪਾ ਸਲਾਰ ਹਿੰਦੂ ਸੀ ਅਤੇ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਦਾ ਇੰਚਾਰਜ ਜਿਹੜੀ ਸਾਰੀ ਹਕੂਮਤ ਦਾ ਮਾਮਲਾ ਚਲਾਉਂਦੇ ਸਨ ਉਹ ਮੁਸਲਮਾਨ ਸਨ, ਜਿਨ੍ਹਾਂ ਦਾ ਨਾਂ ਸੀ ਫਕੀਰ ਅਜ਼ੀਜ਼ੁੱਦੀਨ। ਹੀ ਵਾਜ਼ ਦੀ ਚੀਫ ਸੈਕਟਰੀ ਆਫ ਮਹਾਰਾਜਾ ਰਣਜੀਤ ਸਿੰਘ ਐਂਡ ਪ੍ਰਿੰਸੀਪਲ ਆਫਿਸਰ ਆਫ ਮਹਾਰਾਜਾ ਰਣਜੀਤ ਸਿੰਘ। ਠੀਕ, ਅਤੇ ਮੁਸਲਮਾਨਾਂ ਦੀ ਇਬਾਦਤ ਗਾਹਾਂ ਨੂੰ ਵਾਰ ਗੁਜ਼ਾਰ ਕੀਤਾ, ਸੋਨੇ ਦੀ ਜਿੱਥੇ ਤੱਕ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਇੱਕ ਸੋਨੇ ਦੀ ਚਿੜੀਆ ਸੀ, ਸਾਡੇ ਕੋਲ ਸੋਨੇ ਦੀ ਕਮੀ ਨਹੀਂ ਸੀ, ਇਸ ਕਰਕੇ ਪੰਜਾਬ ਦੇ ਵਿੱਚ 7 ਰੁਪਏ ਤੋਲਾ ਸੋਨੇ ਦਾ ਰੇਟ ਸੀ, ਸਾਡਾ ਇੱਕ ਨਾਨਕਸ਼ਾਹੀ ਰੁਪਿਆ 13 ਪਾਊਂਡ ਸਟਰਲਿੰਗਸ ਦੇ ਬਰਾਬਰ ਸੀ, ਸਾਡੀ ਐਕਸਪੋਰਟਸ ਇੰਨੀਆਂ ਕਮਾਲ ਸਨ ਕਿ ਤਮਾਮ ਇਹ ਸਾਡੇ ਦਰਿਆਈ ਰਾਸਤੇ ਕਸ਼ਮੀਰ ਤੋਂ ਲੈ ਕੇ ਅਰੇਬੀਅਨ ਸੀ ਤਿਕਰ, ਅਤੇ ਉੱਥੇ ਮਹਾਰਾਜਾ ਨੇ ਆਪਣਾ ਬੰਦਰਗਾਹ ਖੋਲ੍ਹਿਆ ਸੀ, ਲਾਹੌਰੀ ਬੰਦਰ, ਜਿਹੜੇ ਹਿਸਟੋਰੀਅਨਸ ਚੇਂਜ ਕਰਕੇ ਕਹਿੰਦੇ ਨਹੀਂ ਇਹ ਲੋਹਰਾ ਲਈ ਬੰਦਰ ਹੈ, ਨਹੀਂ ਮਹਾਰਾਜਾ ਉਹਨੂੰ ਲਾਹੌਰੀ ਬੰਦਰ ਕਹਿੰਦੇ ਸਨ। ਠੀਕ, ਜਿਹਦੇ ਵਿੱਚ ਫਿਰ ਅੰਗਰੇਜ਼ਾਂ ਨੇ ਆ ਕੇ ਉਸ ਬੰਦਰ ਨੂੰ ਬੰਦ ਕੀਤਾ ਕਿ ਸਾਡੀਆਂ ਐਕਸਪੋਰਟਸ ਖਤਮ ਹੋ ਜਾਣ।
ਪੰਜਾਬ ਦਾ ਐਜੂਕੇਸ਼ਨ ਨਿਜ਼ਾਮ ਇੰਨਾ ਕਮਾਲ ਸੀ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਆਪਣੀ ਗੁਫ਼ਤਗੂ ਵਿੱਚ ਦੱਸਿਆ ਕਿ ਹਰ ਬੰਦਾ ਪੜ੍ਹਾ ਲਿਖਾ ਸੀ, ਫਾਰਸੀ ਜ਼ਬਾਨ ਸਾਡੀ ਸੈਕਿੰਡ ਲੈਂਗੁਏਜ ਸੀ ਪੰਜਾਬੀ ਤੋਂ ਬਾਅਦ, ਜਾਂ ਕੋਈ ਉਰਦੂ ਸਪੀਕਿੰਗ ਉਸ ਤੋਂ ਬਾਅਦ ਫਾਰਸੀ ਸੀ। ਮਹਾਰਾਜਾ ਦੀ ਜਿਹੜਾ ਤੁਸੀਂ ਇਹ ਸਵਾਲ ਕੀਤਾ, ਇਸ ਸਵਾਲ ਵਿੱਚ ਕੋਈ ਹਕੀਕਤ ਨਹੀਂ। ਅੱਛਾ, ਇਹਦੇ ਸਵਾਲ ਬਣਾਏ ਜਾਣ ਦੇ ਪਿੱਛੇ ਵੀ ਤਾਂ, ਜਿਵੇਂ ਮੈਂ ਆਪਣੇ ਸਵਾਲ ਪਹਿਲੇ ਕੀਤਾ ਸੀ, ਉਹਦੇ ਪਿੱਛੇ ਕੁਛ ਅਚੀਵਮੈਂਟ ਕਰਨਾ ਹੁੰਦਾ, ਕੁਛ ਅਚੀਵ ਕਰਨਾ ਹੁੰਦਾ। ਅਚੀਵ ਕੀ ਕੀਤਾ ਗਿਆ ਇਸ ਦੇ ਅੰਦਰ, ਜਿਹੜਾ ਮਜ਼ਹਬੀ ਮੁਨਾਫਰਤ ਹੈ ਉਹ ਫੈਲਾਉਣ ਲਈ, ਜਾਂ ਇਹਦੇ ਪਿੱਛੇ ਕੋਈ ਹੋਰ ਮਿੱਥ ਸੀ, ਜਾਂ ਮਹਾਰਾਜਾ ਦਾ ਜਿਹੜਾ ਫੇਸ ਸੀ ਉਹਨੂੰ ਬਰਬਾਦ ਕਰਨਾ ਸੀ, ਜਿਹੜਾ ਉਹਦਾ ਇੱਕ ਆਈਡੀਅਲ ਟਾਈਮ ਪੀਰੀਅਡ ਸੀ। ਇਹ ਹਕੀਕਤ ਇਹੀ ਹੈ ਕਿ ਪੰਜਾਬ ਬਿਕੇਮ ਦੀ ਸੁਪਰ ਪਾਵਰ, ਕਈ ਐਸਾ ਨਾ ਹੋਵੇ ਕਿ ਇਨ ਫਿਊਚਰ ਪੰਜਾਬ ਕਿਤੇ ਇਕੱਠਾ ਰਹਿ ਕੇ ਇੱਕ ਹੋਰ ਮਹਾਰਾਜਾ ਰਣਜੀਤ ਸਿੰਘ ਨਾ ਪੈਦਾ ਕਰ ਲੈ। ਅਤੇ ਸਾਡਾ ਜਿੰਨਾ ਵੀ ਇਹ ਪਾਰਟੀਸ਼ਨ ਜਦੋਂ ਹੁੰਦੀ ਹੈ, ਇਸ ਜ਼ਰਾ ਗੌਰ ਕਰਕੇ ਦੇਖੋ, ਪਾਰਟੀਸ਼ਨ ਦੇ ਵਿੱਚ ਵੱਡਿਆ ਪੰਜਾਬ ਅਤੇ ਉੱਧਰੋਂ ਬੰਗਾਲ ਜਾਂਦਾ ਹੈ ਜੀ, ਬੰਗਾਲ ਵੀ ਥੋੜ੍ਹਾ ਵੱਡਾ ਜਾਂਦਾ, ਜ਼ਿਆਦਾ ਤਾਂ ਮਾਰਦਾੜ ਜੀ ਵੱਡ ਟੁੱਕੇ, ਅਤੇ ਫਿਰ ਪੰਜਾਬ ਦੇ ਤਿੰਨ ਟੋਟੇ ਇੱਥੇ ਕੀਤੇ ਜਾਂਦੇ ਨੇ, ਤਿੰਨ ਟੋਟੇ ਉੱਥੇ ਕੀਤੇ ਜਾਂਦੇ ਨੇ, ਕਿ ਕਹੀਂ ਐਸਾ ਨਾ ਹੋ ਕਿ ਇਹ ਪੰਜਾਬੀ ਦੁਬਾਰਾ ਇਕੱਠਾ ਹੋ ਕੇ ਇਹ ਦੁਬਾਰਾ ਇੱਕ ਸੁਪਰ ਪਾਵਰ, ਇੱਕ ਕਮਾਲ ਕੌਮ ਨਾ ਬਣ ਜਾਏ, ਕਿਉਂਕਿ ਪੰਜਾਬੀਆਂ ਦੇ ਵਿੱਚ ਉਹ ਰਮਜ਼ ਮੌਜੂਦ ਹੈ, ਉਹਨਾਂ ਦੇ ਖੂਨ ਵਿੱਚ ਉਹ ਸ਼ੈ ਮੌਜੂਦ ਹੈ ਕਿ ਤੇ ਇਹ ਲੋਕ ਦੁਨੀਆ 'ਤੇ ਐਕਸੀਡ ਕਰ ਜਾਂਦੇ ਨੇ। ਬਿਲਕੁਲ ਸਹੀ ਸਰ, ਇਹਦੇ 'ਤੇ ਅਸੀਂ ਥੋੜ੍ਹਾ ਥੋੜ੍ਹਾ ਇਹਨਾਂ ਨੂੰ ਵੱਖੋ ਵੱਖ ਵੀ ਇਸ 'ਤੇ ਗੱਲ ਕਰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਹੜੀ ਪੰਜਾਬ ਦੀ ਇਕਤਸਾਦੀ ਪੋਜੀਸ਼ਨ ਸੀ, ਇਕਨੋਮਿਕ ਪੋਜੀਸ਼ਨ ਸੀ, ਉਹ ਕਿਤਨੀ ਬਿਹਤਰ ਸੀ, ਐਜੂਕੇਸ਼ਨ ਜਿਹੜੀ ਪੋਜੀਸ਼ਨ ਸੀ ਉਹ ਕਿਤਨੀ ਸੀ, ਔਰ ਇਹਦੀ ਐਕਸਪੋਰਟ ਜਿਹੜੀ ਸੀ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਹੁੰਦੀ ਸੀ, ਇਹਦੇ 'ਤੇ ਅਸੀਂ ਆਉਂਦੇ ਹਾਂ, ਔਰ ਟੋਟਲ ਉਸ ਵੇਲੇ ਦਾ ਜਿਹੜਾ ਸਮਾਜ ਸੀ, ਮੁਆਸ਼ਰਾ ਸੀ, ਉਹ ਕਿਤਨਾ ਤਰੱਕੀ ਯਾਫਤਾ ਸੀ, ਲਿਬਰਲ ਔਰ ਸੈਕੂਲਰ ਉਸ ਦੀ ਸੋਚ ਸੀ। ਲੇਕਿਨ ਇਸ ਤੋਂ ਪਹਿਲੇ ਥੋੜ੍ਹਾ ਜਿਹਾ ਮੈਨੂੰ ਇਹ ਦੱਸਦੇ ਜਾਓ ਕਿ ਮਹਾਰਾਜਾ ਦੇ ਵੇਲੇ ਜਿਹੜੀਆਂ ਮਜ਼ਹਬੀ ਥਾਵਾਂ ਸਨ, ਮੁਸਲਮਾਨਾਂ ਦੀਆਂ ਖਾਸ ਕਰ ਜਿਹੜੀਆਂ ਹਨ, ਜਿਹੜੀਆਂ ਮਸੀਤਾਂ ਸਨ, ਇਹਨਾਂ ਦਾ ਕੋਈ ਖਾਸ ਇੱਕ ਬਜਟ ਵੀ ਮਹਿਸੂਸ ਕੀਤਾ ਗਿਆ ਸੀ, ਔਰ ਬਾਕਾਇਦਾ ਇਮਾਮ ਮਸਜਿਦ ਸਨ, ਉਹਨਾਂ ਨੂੰ ਵੀ ਕੋਈ ਤਨਖਾਹ ਮਿਲਦੀ ਸੀ? ਮੈਂ ਤੁਹਾਨੂੰ ਕਰਸ ਕਰਾਂ ਕਿ ਸਾਡੇ ਕੋਲ ਰਿਕਾਰਡ ਮਹਿਫੂਜ਼ ਹੈ, ਪ੍ਰਾਇਮਰੀ ਸੋਰਸ ਜਿਹਨੂੰ ਕਹਿੰਦੇ ਆ, ਸਾਡੇ ਕੋਲ ਫਹਿਰਿਸਤ ਹੈ, ਬਲਕਿ ਸਕਰੋਲ ਹੈ ਜਿਹੜਾ ਸਿਰਫ ਲਾਹੌਰ ਦਾ ਹੀ ਹੈ, ਤੁਸੀਂ ਸਮਝੋ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਦੌਰੇ ਹਕੂਮਤ ਦੇ ਵਿੱਚ ਮੁਸਲਮਾਨਾਂ ਦੀ ਕਿਹੜੀ ਕਿਹੜੀ ਮਸਜਿਦਾਂ ਨੂੰ ਗ੍ਰਾਂਟ ਦਿੰਦਾ ਸੀ, ਜੱਥਾ ਤਕਸੀਮ ਰੁਪਿਆ ਲਿਖਿਆ, ਗ੍ਰਾਂਟ ਨੇਟ ਫੀ ਸਬੀਲ ਅੱਲਾਹ, ਅੱਲਾਹ ਦੇ ਰਸਤੇ ਦੇ ਵਿੱਚ ਇਹ ਗ੍ਰਾਂਟ ਦਿੰਦੇ ਹੁੰਦੇ ਸਨ ਮਹਾਰਾਜ, ਅਤੇ ਉਹ ਜਿਹੜੇ ਪੈਸੇ ਸਨ ਉਹ ਤਮਾਮ ਮਸਾਜਿਦ ਨੂੰ ਬਾਕਾਇਦਾ। ਅੱਛਾ, ਉਹ ਜਿਹੜੀ ਲਿਸਟ ਹੈ, ਅੱਜ ਉਸ ਲਿਸਟ ਨੂੰ ਤੁਸੀਂ ਪੜ੍ਹੋ ਅਤੇ ਉਹ ਮਸਜਿਦਾਂ ਲੱਭੋ, ਅਤੇ ਮਸਜਿਦਾਂ ਉਸ ਤੋਂ ਘੱਟ ਨੇ, ਮਸਜਿਦਾਂ ਹੈ ਬਹੁਤ ਜ਼ਿਆਦਾ, ਮਗਰ ਮਹਾਰਾਜ ਦੇ ਦੌਰ ਦੀਆਂ ਮਸਜਿਦਾਂ ਗਾਇਬ ਹੋ ਗਈਆਂ ਨੇ। ਠੀਕ, ਇਹ ਸਿਰਫ ਮਸਜਿਦਾਂ ਨੂੰ ਗ੍ਰਾਂਟ ਨਹੀਂ ਸੀ ਜਾਂਦੀ, ਮਜ਼ਾਰਾਤ ਨੂੰ ਗ੍ਰਾਂਟ ਜਾਂਦੀ ਸੀ। ਸਾਡੇ ਜਿਹੜੇ ਸੂਫੀ ਸ਼ਰਾਈਨ ਸਨ, ਸੂਫੀ ਮਜ਼ਾਰਾਤ ਸਨ, ਅਤੇ ਉਹਦੀ ਲਿਸਟ ਪੜ੍ਹੀਏ ਤਾਂ ਬੜੀ ਹੈਰਾਨਗੀ ਹੁੰਦੀ ਹੈ ਕਿ ਅੱਜ ਉਹਨਾਂ ਸੂਫੀ ਸ਼ਰਾਈਨ 'ਤੇ ਸ਼ਾਇਦ ਗਵਰਨਮੈਂਟ ਦੀ ਕੋਈ ਪੈਸਾ ਨਹੀਂ ਲੱਗਦਾ, ਪਰ ਉਸ ਵੇਲੇ ਮਹਾਰਾਜਾ ਉਹਨਾਂ ਨੂੰ ਗ੍ਰਾਂਟ ਦਿੰਦਾ ਸੀ, ਅਤੇ ਉਹਨਾਂ ਦੇ ਮਸਜਿਦਾਂ ਦੇ ਮੁਫਤੀਆਂ ਨੂੰ, ਉਹਨਾਂ ਦੇ ਖਾਦਮਾਂ ਨੂੰ ਪੈਸੇ ਵੱਖਰੇ ਜਾਂਦੇ ਸਨ, ਸ਼ਰਾਈਨਸ ਦੇ ਮੁਤਵਲੀਆਂ ਨੂੰ ਪੈਸੇ ਵੱਖਰੇ ਜਾਂਦੇ ਸਨ, ਸ਼ਰਾਈਨਸ ਨੂੰ ਵੱਖਰੇ ਜਾਂਦੇ ਸਨ, ਅਸਥਾਨੇ ਜਿਹਨੂੰ ਅਸੀਂ ਪਵਿੱਤਰ ਅਸਥਾਨ ਕਹਿੰਦੇ ਹਾਂ, ਪਾਕ ਜਗ੍ਹਾ ਜਿੱਥੇ ਲੋਕ, ਉਹਨਾਂ ਦੀ ਗ੍ਰਾਂਟਾਂ ਵੱਖਰੀਆਂ ਸਨ। ਅਤੇ ਕਹਿਣ ਦਾ ਮਕਸਦ ਇਹ ਕਿ ਮਹਾਰਾਜ ਨੇ ਮੁਸਲਮਾਨਾਂ ਦੀ ਇਬਾਦਤ ਗਾਹਾਂ ਨੂੰ ਬਾਕਾਇਦਾ ਗ੍ਰਾਂਟਾਂ ਦਿੱਤੀਆਂ ਨੇ, ਅਤੇ ਥਰੂ ਆਊਟ ਹਿਜ਼ ਲਾਈਫ ਗ੍ਰਾਂਟ ਦਿੰਦਾ ਰਿਹਾ।
ਜੇ ਮੁਸਲਮਾਨਾਂ 'ਤੇ ਕੋਈ ਐਕਚੁਅਲੀ ਮਹਾਰਾਜਾ ਦੇ ਦੌਰ ਦੇ ਵਿੱਚ ਕੋਈ ਕੈਪੀਟਲ ਪਨਿਸ਼ਮੈਂਟ ਨਹੀਂ ਸੀ, ਕਤਲ ਕਰਨ ਦਾ ਹੁਕਮ ਨਹੀਂ ਸੀ। ਮੇਰੇ ਕੋਲ ਰਿਕਾਰਡ ਮਹਿਫੂਜ਼ ਹੈ ਕਿ ਮਹਾਰਾਜ ਆਪਣੇ ਲਾਅ ਮਿਨਿਸਟਰ ਨੂੰ ਲਿਖ ਰਿਹਾ ਕਿ ਖਿਆਲ ਰੱਖਣਾ ਆਵਾਮ 'ਤੇ ਕੋਈ ਜ਼ੁਲਮ ਨਾ ਹੋਵੇ, ਮੁਸਲਮਾਨੋਂ ਕੋ ਕੁਰਾਨ ਕੇ ਮੁਤਾਬਿਕ ਔਰ ਹਿੰਦੂਓਂ ਕੋ ਹਿੰਦੂ ਸ਼ਾਸਤਰ ਕੇ ਮੁਤਾਬਿਕ ਉਨਕੇ ਉਨਕੋ ਇਨਸਾਫ ਦਿਆ ਜਾਏ। ਠੀਕ। ਔਰ ਅਗਰ ਮੈਂ ਖੁਦ ਵੀ ਕਦੀ ਕੋਈ ਗਲਤ ਹੁਕਮ ਸਾਦਰ ਕਰਾਂ ਤਾਂ ਮੈਨੂੰ ਸਮਝਾ ਦਿੱਤਾ ਜਾਏ। ਪੰਜਾਬ ਦੇ ਵਿੱਚ ਕਾਨੂੰਨ ਦੀ ਹੁਕਮਰਾਨੀ, ਪੰਜਾਬ ਦੇ ਵਿੱਚ ਮਹਾਰਾਜਾ ਦੇ ਦੌਰ 'ਚ ਇਕੋਨਮੀ ਵਾ ਸੋ ਸਟਰੋਂਗ, ਜਿਸ ਤਰ੍ਹਾਂ ਜਨਾਬ ਇਹ ਮਜ਼ਾਕ ਨਹੀਂ ਹੈ, ਤੁਹਾਡਾ ਇੱਕ ਰੁਪਿਆ, ਇੱਕ ਨਾਨਕਸ਼ਾਹੀ ਰੁਪਿਆ 13 ਪਾਊਂਡ ਸਟਰਲਿੰਗਸ ਦੇ ਬਰਾਬਰ ਸੀ। ਇਹਦੇ ਤੁਸੀਂ ਆਉਂਦੇ ਹਾਂ, ਇਹਦੇ 'ਤੇ ਸੈਪਰੇਟ ਇਕਨੋਮਿਕ ਪੋਜੀਸ਼ਨ ਕੀ ਸੀ? ਫਿਰ ਸਾਡੀ ਜਿਹੜੀ ਤਾਲੀਮੀ ਨਿਜ਼ਾਮ ਸੀ, ਸਾਰਾ ਪੰਜਾਬ ਪੜ੍ਹਾ ਲਿਖਾ ਸੀ ਜੀ। ਡਾਕਟਰ ਲੋਗਨ ਦੀਆਂ ਅਤੇ ਇਹਦੀ ਜਿਹੜਾ ਸਾਡਾ ਕੀ ਨਾਂ ਜੇ ਲਾਈਟਨਰ, ਡਬਲਿਊ ਜੀ ਲਾਈਟਨਰ, ਲਾਈਟਨਰ ਉਹਦੀ ਰਿਪੋਰਟ ਹੈ, ਉਹਦੀ ਰਿਪੋਰਟ ਹੈ ਕਿ ਸਾਡੇ ਪੰਜਾਬ ਦੇ ਵਿੱਚ 78% ਪੀਪਲ ਕੈਨ ਰੀਡ ਰਾਈਟ ਇਨ ਪਰਸ਼ੀਅਨ, ਅਤੇ ਡਬਲਿਊ ਜੀ ਲਾਈਟਨਰ ਇੱਕ ਮਿਸ਼ਨ ਦੇ ਤੌਰ 'ਤੇ ਇੱਥੇ ਆਇਆ ਸੀ ਕਿ ਇਸ ਨਿਜ਼ਾਮ ਨੂੰ ਬਦਲੀਏ, ਉਹਨੂੰ 50 ਸਾਲ ਚਾਹੀਦੇ ਸਨ। ਉਹ ਨਿਜ਼ਾਮ ਬਦਲਣ ਵਾਸਤੇ, ਤਾਲੀਮ ਦਾ ਨਿਜ਼ਾਮ ਬਦਲਣ ਵਾਸਤੇ ਉਹਨੇ 33 ਸਾਲ ਦੇ ਵਿੱਚ ਫਿਰ ਰਿਪੋਰਟ ਭੇਜੀ ਕਿ ਜਿਹੜਾ ਚੱਕਚੂੜ ਹੈ ਇੱਥੇ ਸਿਆਲਕੋਟ ਦੇ ਕੋਲ ਇੱਕ ਪਿੰਡ ਹੈ, ਉਹਦੇ ਵਿੱਚ 100% ਲਿਟਰੇਸੀ ਰੇਟ ਸੀ, ਅਤੇ 100% ਲਿਟਰੇਸੀ ਰੇਟ ਸੀ। ਇੱਕ ਨਹੀਂ, ਉਹ ਇੱਕ ਦਰਜ਼ ਅ ਲਿਸਟ ਆਫ ਵਿਲੇਜਸ। ਤੁਸੀਂ ਇਹ ਗੱਲ ਛੇੜ ਹੀ ਲਈਏ, ਅਤੇ ਉਸ ਵੇਲੇ ਜਿਹੜਾ ਐਜੂਕੇਸ਼ਨ ਸਿਸਟਮ ਸੀ, ਹਾਲਾਂਕਿ ਮਹਾਰਾਜ ਆਪ ਪੜ੍ਹੇ ਲਿਖੇ ਨਹੀਂ ਸਨ, ਲੇਕਿਨ ਜਿਹੜਾ ਉਹਨਾਂ ਦੇ ਦੌਰ ਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਸਿਸਟਮ ਤਰਤੀਬ ਦੇ ਰਹੇ ਨੇ, ਉਹ ਕੀ ਸੀ ਜਿਹਦੀ ਖਾਤਰ ਪੰਜਾਬ ਦਾ ਲਿਟਰੇਸੀ ਰੇਟ ਜਿਵੇਂ ਤੁਸੀਂ ਦੱਸ ਰਹੇ ਹੋ 70% ਤੋਂ ਜ਼ਿਆਦਾ ਸੀ, ਔਰ ਪਿੰਡ ਐਸੇ ਸਨ ਕਿ ਜਿਹਦੇ 'ਚ 100% ਲਿਟਰੇਸੀ ਰੇਟ? ਬਿਲਕੁਲ ਐਸੇ। ਅੱਜ ਮਾਡਰਨ ਪੰਜਾਬ ਦੇ ਅੰਦਰ ਜਿੱਥੇ ਅਸੀਂ ਬੈਠੇ ਹਾਂ, ਅਤੇ ਅੱਜ ਸਾਡਾ ਉਹ ਲਿਟਰੇਸੀ ਰੇਟ ਨਹੀਂ ਹੈ। ਉਹਨਾਂ ਨੇ ਲਿਖਿਆ ਕਿ ਮੇਰੇ ਆਉਣ ਤੋਂ ਪਹਿਲੇ ਫਲਾਣੇ ਫਲਾਣੇ ਪਿੰਡ 'ਚ ਇੰਨੇ ਪਰਸੈਂਟ ਲੋਕ ਪੜ੍ਹੇ ਲਿਖੇ ਸਨ, ਅਤੇ ਚੱਕਚੂੜ ਦਾ ਸਿਰਫ ਜ਼ਿਕਰ ਕਰ ਲਈਏ ਕਿ ਅੱਜ ਆਫਟਰ 33 ਈਅਰਸ ਸਿਰਫ 6% ਲੋਕ ਪੜ੍ਹੇ ਲਿਖੇ ਨੇ, ਬਾਕੀ ਅਨਪੜ੍ਹ ਹੋ ਚੁੱਕੇ ਨੇ। ਉਹਨਾਂ ਨੇ ਆ ਕੇ ਸਾਡੀ ਲੈਂਗੁਏਜ ਖੋਈ, ਜਿਹੜਾ ਸਰਕਾਰੀ ਜ਼ਬਾਨ ਸੀ ਫਾਰਸੀ ਉਹ ਕੱਢ ਦਿੱਤੀ। ਹੁਕਮ ਹੋਇਆ ਕਿ ਜਿਹੜੇ ਇਹਨਾਂ ਦੇ ਨਾਲ ਭਈਆਂ ਦੀ ਫੌਜ ਆਈ ਸੀ UPCP ਤੋਂ, ਇਹਨਾਂ ਨੂੰ ਫਸਟ ਡੈਸਕ 'ਤੇ ਬਿਠਾ ਦਿੱਤਾ। ਹੁਕਮ ਹੋਇਆ ਕਿ ਇਨਕੇ ਸਾਥ ਉਰਦੂ ਮੈਂ ਬਾਤ ਕਰੋ, ਪੰਜਾਬੀ 'ਚ ਗੱਲ ਕਰੋਗੇ ਤੁਹਾਡੀ ਗੱਲ ਨਹੀਂ ਸੁਣਨਗੇ, ਅਤੇ ਉਹਨਾਂ ਨੂੰ ਬਾਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਕੋਈ ਪੰਜਾਬੀ ਚਲਾ ਗਿਆ ਉਹਦੇ ਨਾਲ ਗੱਲ ਕਰਨ ਵਾਸਤੇ, ਜਾਂ ਆਪਣਾ ਦਰਖਾਸਤ ਲੈ ਕੇ ਗਿਆ ਅਤੇ ਉਹਨੂੰ ਉਰਦੂ ਨਹੀਂ ਆਉਂਦੀ, ਉਹਦੀ ਦਰਖਾਸਤ ਖਤਮ ਕਰ ਦਿੰਦੇ ਸਨ, ਰਿਜੈਕਟ ਕਰ ਦਿੰਦੇ ਸਨ, ਅਤੇ ਸਰਕਾਰੀ ਕੰਮ ਰੁਕ ਗਏ, ਅਦਾਲਤਾਂ 'ਚ ਕੰਮ ਰੁਕ ਗਏ, ਬੜੇ ਮਸਲੇ ਬਣ ਗਏ ਕਿ ਯਾਰ ਫਿਰ ਮਜਬੂਰਨ ਇਸ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਉਰਦੂ ਬੋਲਣੀ ਸਿੱਖੀ, ਉਰਦੂ ਬੋਲਣੀ ਮਜਬੂਰਨ ਕਿਉਂਕਿ ਯਾਰ ਇਹ ਬਾਬੂ ਦੀ ਲੈਂਗੁਏਜ ਹੈ ਅਤੇ ਇਹਨੂੰ ਅਸੀਂ ਅਡੋਪਟ ਕਰ ਲਈਏ, ਅਤੇ ਅਸੀਂ ਆਪਣੀ ਮਾਂ ਬੋਲੀ ਤੋਂ ਕੱਟੇ ਗਏ। ਇਹ ਬਾਕਾਇਦਾ ਇੱਕ ਸਾਜ਼ਿਸ਼ ਦੇ ਤਹਿਤ ਹੋਇਆ। ਅੱਛਾ, ਉਸ ਸਾਜ਼ਿਸ਼ ਦੇ ਪਿੱਛੇ ਸਿਰਫ ਇੱਕ ਇਹ ਮੁਲਾਕਾਤ ਨਹੀਂ ਹੈ, ਹੋਰ ਵੀ ਬੜੀ ਚੀਜ਼ਾਂ ਨੇ। ਕਲਚਰ ਤੋਂ ਕੱਟਿਆ, ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਨੂੰ ਦੀ ਉਹਦੀ ਲੈਗਸੀ ਨੂੰ ਇੱਕ ਹੇਟਰਡ ਵਾਸਤੇ
ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮਹਾਰਾਜਾ ਨੇ ਮੁਸਲਮਾਨਾਂ 'ਤੇ ਜ਼ੁਲਮ ਕੀਤਾ, ਮੁਸਲਮਾਨਾਂ ਦੀ ਔਰਤਾਂ ਨਾਲ ਜ਼ੁਲਮ ਕੀਤਾ, ਮਸਜਿਦਾਂ 'ਚ ਘੋੜੇ ਬੰਨੇ, ਜਦਕਿ ਮੈਂ ਜਨਾਬ ਅਰਜ਼ ਕਰ ਚੁੱਕਿਆ ਕਿ ਬਾਦਸ਼ਾਹ ਮਸਜਿਦ ਤੋਂ ਪਹਿਲੀ ਵਾਰੀ ਵਾਰ ਗੁਜ਼ਾਰ ਕਰਾਈ ਹੈ ਅਤੇ ਮਹਾਰਾਜਾ ਨੇ ਉਹਨੂੰ ਪਬਲਿਕ ਵਾਸਤੇ ਖੋਲ੍ਹਿਆ ਅਤੇ ਮੁਸਲਮਾਨਾਂ ਨੂੰ ਡੰਡੇ ਦੇ ਜ਼ੋਰ 'ਤੇ ਨਮਾਜ਼ ਪੜ੍ਹਾਈ ਹੈ ਇੱਥੇ। ਅੱਛਾ, ਇਹ ਮਤਲਬ ਮਹਾਰਾਜਾ ਰਣਜੀਤ ਸਿੰਘ ਨੇ ਬਾਦਸ਼ਾਹ ਮਸਜਿਦ ਵਿੱਚ ਪਹਿਲੀ ਵਾਰੀ ਨਮਾਜ਼ ਪੜ੍ਹਾਈ? ਪਹਿਲੀ ਵਾਰੀ ਇਜਤਮਾਈ ਈਦਗਾਹ ਦੇ ਤੌਰ 'ਤੇ ਇਸਤੇਮਾਲ ਹੋਈ 1811 ਦੇ ਵਿੱਚ ਈਦ ਉਲ ਫਿਤਰ 'ਤੇ। ਠੀਕ ਹੈ। ਅਤੇ ਹੁਕਮ ਹੋਇਆ ਕਿ ਤਮਾਮ ਮੁਸਲਮਾਨ ਇੱਥੇ ਆ ਕੇ ਨਮਾਜ਼ ਪੜ੍ਹਨ, ਮਗਰ ਪ੍ਰੋਬਲਮ ਇਹ ਬਣ ਗਿਆ ਕਿ ਮੁਸਲਮਾਨਾਂ ਨੂੰ ਆਦਤ ਸੀ ਆਪਣੇ ਘਰ ਦੇ ਸਾਹਮਣੇ ਦੀ ਮਸਜਿਦ, ਮੱਲੇ ਦੀ ਮਸਜਿਦ ਨਮਾਜ਼ ਪੜ੍ਹਦੇ, ਨੇੜੇ ਵਾਲੀ ਜਿਹੜੀ ਨੇੜੇ ਵਾਲੀ। ਈਦ ਉਲ ਜ਼ੁਹਾ ਆਈਏ ਅਤੇ ਹੁਕਮ ਹੋਇਆ ਲਾਹੌਰ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ 'ਤੇ ਤਾਲੇ ਪਾਓ ਅਤੇ ਤਮਾਮ ਮੁਸਲਮਾਨਾਂ ਨੂੰ ਸਿਪਾਹੀਆਂ ਦੇ ਜ਼ਰੀਏ, ਪੁਲਿਸ ਦੇ ਜ਼ਰੀਏ ਜਾਂ ਹਰਕਾਰੀਆਂ ਦੇ ਜ਼ਰੀਏ ਹੇਂਕ ਕੇ ਇੱਥੇ ਬਾਦਸ਼ਾਹ ਮਸਜਿਦ ਲੈ ਕੇ ਆਉਂਦੀ ਅਤੇ ਉਹਨਾਂ ਨੇ ਨਮਾਜ਼ ਪੜ੍ਹੀ। ਮੁਫਤੀ ਫੈਜ਼ੁੱਲਾ ਉਹਨਾਂ ਦੇ ਪਹਿਲੇ ਮੁਫਤੀ ਮੁਕਰਰ ਹੋਏ, ਉਹਦੀ ਤਨਖਾਹ ਲਈ ਗਈ। ਮਸਜਿਦ ਬਾਦਸ਼ਾਹ ਮਸਜਿਦ ਨੂੰ 41 ਰੁਪਏ ਗ੍ਰਾਂਟ ਦਿੱਤੀ ਜਾਂਦੀ ਸੀ। ਖਿਆਲ ਰੱਖੋ ਕਿ 7 ਰੁਪਏ ਤੋਲਾ ਸੋਨਾ ਸੀ, ਮਾਹਵਾਰ 41 ਰੁਪਏ ਬਾਦਸ਼ਾਹ ਮਸਜਿਦ ਨੂੰ ਦਿੰਦੇ ਸੀ, 41 ਰੁਪੀਜ਼ ਪਰ ਮੰਥ। ਅਤੇ ਮੁਫਤੀ ਸਾਹਿਬ ਦੀ ਬੜੀ ਵੱਡੀ ਤਨਖਾਹ ਸੀ ਅਤੇ ਇਹ ਤਾਂ ਵਾਰ ਗੁਜ਼ਾਰ ਕਰਾਈਏ ਮਹਾਰਾਜਾ ਰਣਜੀਤ ਸਿੰਘ ਨੇ। ਤਾਰੀਖ ਸਾਨੂੰ ਕੁਛ ਹੋਰ ਦੱਸੀ, ਹੁਣ ਸੋਨੇ ਦੀ ਗੱਲ ਸੁਣ ਲਓ। ਹਾਂ ਚਲੋ, ਇਹਦੇ ਨਾਲ ਰਿਲੇਟ ਵੀ ਕਰਦੇ ਹੋ ਕਿ ਇਕਨੋਮਿਕ ਪੋਜੀਸ਼ਨ ਉਸ ਵੇਲੇ ਕੀ ਸੀ ਪੰਜਾਬ ਦੀ? ਪੰਜਾਬ ਇੱਕ ਅਮੀਰ ਤਰੀਨ ਮੁਲਕ ਸੀ। ਸਾਡੀ ਜਿੰਨੀ ਐਕਸਪੋਰਟ ਸਨ ਕਸ਼ਮੀਰ ਤੋਂ ਲੈ ਕੇ ਅਰੇਬੀਅਨ ਸੀ ਤੱਕਰ, ਇਹ ਸਾਰਾ ਸਾਡਾ ਰਸਤਾ ਦਰਿਆਈ ਇਸਤੇਮਾਲ ਹੁੰਦਾ ਸੀ। ਮੀਨਸ ਆਫ ਕਮਿਊਨੀਕੇਸ਼ਨ ਬੜੇ ਸਸਤੇ ਸਨ। ਫੋਲੋ ਕੀਤੀ ਮੇਰੀ ਗੱਲ ਜੀ? ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਵਿੱਚ ਆਰਟੀਕਲ ਆਰਟੀਜ਼ਨਸ ਪੂਰੇ ਹਿੰਦੁਸਤਾਨ ਤੋਂ ਮੰਗਵਾਏ ਨੇ ਅਤੇ ਉਹਨਾਂ ਆਰਟੀਜ਼ਨਸ ਨੂੰ ਕਿਹਾ ਕਿ ਤੁਸੀਂ ਇੱਥੇ ਆਪਣਾ ਫਨ ਤਿਆਰ ਕਰੋ ਅਤੇ ਉਹ ਸਾਰਾ ਐਕਸਪੋਰਟ ਹੁੰਦਾ ਸੀ। ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਐਕਸਪੋਰਟ ਸੀ ਉਹ ਸੀ ਨੀਲ। ਠੀਕ ਹੈ। ਇਹ ਸਾਡੀ ਨੀਲੀ ਬਾਰ ਜਿਹੜੀ ਹੈ ਉਕਾੜੇ ਦਾ ਇਲਾਕਾ, ਸਾਹੀਵਾਲ, ਇਹ ਦੁਨੀਆ ਦਾ ਸਭ ਤੋਂ ਬਿਹਤਰੀਨ ਨੀਲ ਇੱਥੇ ਗਰੋ ਹੁੰਦਾ ਸੀ। ਅੱਛਾ। ਅਤੇ ਲਾਹੌਰ ਦੇ ਵਿੱਚ ਆ ਕੇ ਉਹ ਨੀਲ ਟ੍ਰੀਟ ਹੋ ਕੇ ਰਿਫਾਈਨ ਹੁੰਦਾ ਸੀ, ਇਸ ਕਰਕੇ ਲਾਹੌਰੀਆਂ ਨੂੰ ਰੰਗਬਾਜ਼ ਵੀ ਕਹਿੰਦੇ ਨੇ, ਉਸ ਨੀਲ ਦਾ ਕਰਕੇ, ਉਸ ਨੀਲ ਦਾ ਕਰਕੇ, ਕਿਉਂਕਿ ਇਹ ਨੀਲ ਰੰਗ ਨੂੰ ਟ੍ਰੀਟ ਕਰਦੇ ਸਨ ਜੀ। ਅਤੇ ਉਹ ਸਾਰਾ ਨੀਲ ਸਾਡੇ ਟੈਕਸਟਾਈਲ ਦੀ ਐਕਸਪੋਰਟ, ਸਾਡੇ ਹੈਂਡੀਕ੍ਰਾਫਟ ਦੀ ਐਕਸਪੋਰਟ, ਸਾਡੇ ਕਾਲੀਨਾਂ ਦੀ, ਇੱਥੇ ਪੇਸ਼ਵਾਰ ਫੈਕਟਰੀਆਂ ਲੱਗੀਆਂ। ਐਕਸਪੋਰਟ ਕਿੱਥੇ ਹੁੰਦੇ ਸਨ, ਕਿਹੜੇ ਕੰਟਰੀ? ਯੂਰਪ ਦੇ ਵਿੱਚ। ਠੀਕ ਹੈ। ਇਹ ਯੂਰਪ ਵਿੱਚ ਜਾਂਦਾ ਸੀ। ਇਹ ਤੁਸੀਂ ਜਿਹੜੀ ਇਹ ਜੀਨ ਪਾਈਏ ਡੈਨਮ ਦੀ, ਹਾਂ, ਇਹ ਹੋਲੈਂਡ ਦੇ ਵਿੱਚ ਜਿਹੜਾ ਕਲਰ ਹੈ, ਹੋਲੈਂਡ ਦੇ ਕੋਲ ਇੱਕ ਫੈਕਟਰੀ ਸੀ ਜਿਹੜਾ ਉਸ ਨੀਲ ਨੂੰ ਰਿਫਾਈਨ ਕਰਕੇ ਪੋਟਰੀਜ਼ ਵਾਸਤੇ ਕੱਢਦੀ ਸੀ, ਉਸ ਨੀਲ ਨੂੰ ਰਿਫਾਈਨ। ਇਹ ਜਿਹੜਾ ਸਿਲਸਿਲਾ ਸੀ ਮੁਗਲਾਂ ਦੇ ਟਾਈਮ ਤੋਂ ਚੱਲਿਆ ਸੀ। ਠੀਕ। ਨੀਲ ਦੇ ਪਹਿਲੀ ਜਿਹੜੀ ਮਸਲਾ ਜਿਸਲੇ ਬਣਿਆ ਕਿ ਅਕਬਰ ਦੌਰ ਦੇ ਵਿੱਚ ਨੀਲ 'ਤੇ ਟੈਕਸ ਲਾ ਦਿੱਤਾ ਸੀ ਅਤੇ ਨੀਲ ਦੀ ਗਰੋਥ ਘੱਟ ਹੋਈ ਅਤੇ ਹੁਣ ਸਾਡੀ ਨੀਲੀ ਬਾਹਰ ਉਜੜ ਗਈ ਹੈ, ਉਹਦੇ ਵਿੱਚ ਕੋਈ ਨੀਲ ਨਹੀਂ ਉਗਾਉਂਦਾ ਅਤੇ ਹੁਣ ਤਾਂ ਨਾਮ ਵੀ ਨਹੀਂ, ਨਾਮ ਵੀ ਨਹੀਂ ਰਿਹਾ। ਤੁਹਾਨੂੰ ਕਹਿਣ ਦਾ ਮਕਸਦ ਇੱਕ ਸਰ, ਹਿਸਟਰੀ ਇਜ਼ ਅ ਡਿਫਰੈਂਟ ਸਬਜੈਕਟ ਅਤੇ ਇਹਦੇ ਇਹਨੂੰ ਜਿਸਲੇ ਅਸੀਂ ਪੜ੍ਹਦੇ ਹਾਂ ਤਾਂ ਬੜਾ ਫਖਰ ਹੁੰਦਾ ਸਾਨੂੰ ਹਿਸਟਰੀ ਦੇ ਉੱਤੇ। ਅੱਛਾ, ਉਸ ਟਾਈਮ ਦਾ ਜਿਹੜਾ ਰੁਪਏ ਦੀ ਵੈਲਿਊ, ਨਾਨਕਸ਼ਾਹੀ ਰੁਪਇਆ ਜਿਹੜਾ ਸੀ ਜੀ ਜੀ, ਉਹਦੀ ਕੀ ਵੈਲਿਊ ਸੀ ਉਸ ਵੇਲੇ? 1 ਰੁਪਿਆ ਨਾਨਕਸ਼ਾਹੀ 13 ਪਾਊਂਡ ਸਟਰਲਿੰਗਸ ਦੇ ਬਰਾਬਰ ਸੀ, 13 ਪਾਊਂਡ ਸਟਰਲਿੰਗਸ।
ਅੰਦਾਜ਼ਾ ਕਰੋ ਜ਼ਰਾ, ਇਹਦੀ ਜਿੰਨੀ ਐਕਸਪੋਰਟਸ ਹੁੰਦੀਆਂ ਸਨ ਤਾਂ ਮਹਾਰਾਜਾ ਦਾ ਹੁਕਮ ਸੀ ਕਿ ਐਕਸਪੋਰਟਸ ਦੇ ਉੱਤੇ ਉਹਨਾਂ ਦੀ ਕਰੰਸੀ ਸਾਨੂੰ ਜ਼ਰੂਰਤ ਹੀ ਕੋਈ ਨਹੀਂ। ਐਕਸਪੋਰਟਸ ਵਰ ਇਕੁਅਲ ਟੂ ਗੋਲਡ, ਸਾਨੂੰ ਸੋਨਾ ਦਿਓ, ਠੀਕ ਠੀਕ ਹੋ ਗਿਆ, ਠੀਕ। ਉਹ ਅਸੀਂ ਸੋਨਾ ਲੈਂਦੇ ਸਾਂ, ਪੈਸਾ ਨਹੀਂ ਸੀ ਲੈਂਦੇ, ਕਰੰਸੀ ਨਹੀਂ ਸੀ ਲੈਂਦੇ। ਉਹਨਾਂ ਕੋਲ ਸਾਡੇ ਕੋਲ ਇਹਦੀ ਕੋਈ ਵੈਲਿਊ ਨਹੀਂ, ਕਿਉਂਕਿ ਅਸੀਂ ਉੱਥੋਂ ਸਾਡੇ ਮਸਾਲੇ ਜਾਤ ਐਕਸਪੋਰਟ ਹੁੰਦੇ ਸਨ। ਸਾਡਾ ਟੈਕਸਟਾਈਲ ਐਡਾ ਜ਼ਬਰਦਸਤ ਸੀ, ਲਾਹੌਰ ਸ਼ਹਿਰ ਦਾ ਇੱਕ ਕੱਪੜਾ ਸੀ ਜਿਹੜਾ ਬੜਾ ਮਸ਼ਹੂਰ ਹੈ, ਉਸ ਕੱਪੜੇ ਦਾ ਨਾਂ ਹੈ ਗੁਮਟੀ। ਅੰਦਰੂਨ ਸ਼ਹਿਰ ਵਿੱਚ ਗੁਮਟੀ ਬਾਜ਼ਾਰ ਹੈ ਜੀ, ਹੈ। ਫਿਰ ਸਾਡਾ ਮਲਮਲ, ਸਾਡਾ ਟਾਸਾ, ਸਾਡਾ ਤਾਫਤਾ ਜਿਹਨੂੰ ਟੈਫਟਾ ਕਹਿੰਦੇ ਨੇ ਅੰਗਰੇਜ਼, ਸਾਡੇ ਸਿਲਕ, ਸਾਡਾ ਸਿਲਕ ਦਾ ਰੰਗਣ ਦਾ ਅੰਦਾਜ਼, ਪਟਰੰਗਾਂ ਜਿਹਨੂੰ ਮੱਲਾ ਪਟਰੰਗਾ ਇੱਥੇ ਆਬਾਦ ਹੈ, ਕਮਾਲ ਐਕਸਪੋਰਟ ਸਨ ਜੀ, ਕਮਾਲ ਐਕਸਪੋਰਟ ਸਨ। ਪੰਜਾਬ ਦੀ ਉਸ ਵੇਲੇ ਤਾਂ ਦੇਖੀਏ ਤਾਂ ਜਿਹੜੀ ਇਕਨੋਮਿਕ ਪੁਜ਼ੀਸ਼ਨ ਇਤਨੀ ਬਿਹਤਰ ਬਣਦੀ ਹੈ, ਉਹਦੇ ਅੰਦਰ ਇੱਕ ਤਾਂ ਅਮਨ ਹੈ ਕਿ ਇੱਥੇ ਪੁਰ ਅਮਨ ਖਿੱਤਾ ਹੋ ਗਈ, ਬਿਲਕੁਲ ਠੀਕ ਹੈ। ਉਸ ਦੀ ਦੂਸਰੀ ਬੇਸ 'ਤੇ ਫਿਰ ਇਹ ਨੀਲ ਸੀ, ਔਰ ਨੀਲ ਦੇ ਨਾਲ ਜਿਹੜਾ ਤੁਸੀਂ ਕਹਿ ਲਓ ਕਿ ਟੈਕਸਟਾਈਲ ਹੈ, ਬਿਲਕੁਲ ਮੇਨ ਸੋਰਸਿਸ ਜਿਹੜੇ ਸੀ ਪੰਜਾਬ ਦੀ ਇਕਾਨਮੀ ਨੂੰ ਜਿਹੜੇ ਮਜ਼ਬੂਤ ਕਰਦੇ ਸਨ, ਇਸ ਬਿਲਕੁਲ ਇਸੇ ਤਰ੍ਹਾਂ। ਇਹਦੇ ਨਾਲ ਨਾਲ ਅਗਰ ਅਸੀਂ ਕਹੀਏ ਤਾਂ ਇੱਕ ਐਗਰੇਰੀਅਨ ਲੈਂਡ ਵੀ ਹੈ, ਐਗਰੇਰੀਅਨ ਲੈਂਡ ਹੁੰਦਿਆਂ ਹੋਇਆਂ ਇੱਥੋਂ ਦਾ ਜਿਹੜਾ ਕੋਈ ਗੱਲਾ ਸੀ, ਅਨਾਜ ਸੀ, ਮਿਸਾਲੇ ਸਨ, ਇਹ ਵੀ ਅੱਗੇ ਐਕਸਪੋਰਟ ਹੁੰਦੇ ਸਾਰੇ 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 ਮਿਸਾਲੇ ਸਾਡੇ ਇੱਥੇ ਇਲਾਚੀ ਇੱਥੇ ਨਿਕਲਦੀ ਸੀ, ਸਾਡੇ ਇੱਥੇ ਲੌਂਗ ਬੜੀ ਅੱਛੀ ਹੁੰਦੀ ਸੀ, ਸਾਡੇ ਇੱਥੇ ਦਾਲਚੀਨੀ, ਇਹ ਬੜਾ ਜ਼ਬਰਦਸਤ, ਬੜਾ ਜ਼ਬਰਦਸਤ ਪੰਜਾਬ ਸੀ ਜੀ, ਬੜਾ ਜ਼ਬਰਦਸਤ ਪੰਜਾਬ ਸੀ। ਅੱਛਾ, ਕਿਹਦੇ ਨਾਲ ਅਸੀਂ ਰਿਲੇਟ ਕਰਨਾ ਕਿ ਕਿਸੇ ਵੀ ਰਾਜਧਾਨੀ ਦੇ ਕਾਇਮ ਰਹਿਣ ਵਾਸਤੇ ਉਹਨਾਂ ਦੀ ਜਿਹੜੀ ਡਿਫੈਂਸ ਦੀ ਪਾਲਿਸੀ ਹੁੰਦੀ ਹੈ ਉਹ ਬੜੀ ਜ਼ਰੂਰੀ ਹੁੰਦੀ, ਕਿ ਉਸ ਦੌਰ ਦੇ ਅੰਦਰ ਤਾਕਤਾਂ ਇੱਕ ਦੂਸਰੇ ਨਾਲ ਲੜ ਰਹੀਆਂ ਸਨ, ਦੁਨੀਆ ਟਕਰਾ ਰਹੀ ਸੀ, ਔਰ ਉਹਦੇ ਵਾਸਤੇ ਕਾਇਮ ਰਹਿਣ ਵਾਸਤੇ ਤੁਹਾਨੂੰ ਉਹਨਾਂ ਤੋਂ 2 ਗੁਣਾ ਹੋਰ ਜ਼ਿਆਦਾ ਤਾਕਤਵਰ ਹੋਣਾ ਪੈਣਾ ਸੀ ਜੀ। ਮਹਾਰਾਜਾ ਰਣਜੀਤ ਸਿੰਘ ਦੀ ਡਿਫੈਂਸ ਪਾਲਿਸੀ ਕੀ ਸੀ? ਬੜੀ ਇੰਟਰਸਟਿੰਗ ਡਿਫੈਂਸ ਪਾਲਿਸੀ ਸੀ ਮਹਾਰਾਜਾ, ਇਹ ਮੈਟਕਾਫ ਮਿਸ਼ਨ ਦੇ ਵਿੱਚ ਇਹ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਕੇ ਦੌਰ ਦੇ ਵਿੱਚ ਮਹਾਰਾਜਾ ਨੇ ਹੁਕਮ ਦਿੱਤਾ ਸੀ ਕਿ ਹਰ ਆਦਮੀ, ਹਰ ਮੇਲ ਪਰਸਨ ਨੂੰ ਤਲਵਾਰ ਚਲਾਉਣੀ ਆਉਣੀ ਚਾਹੀਦੀ ਹੈ, ਉਹਨੂੰ ਘੋੜਸਵਾਰੀ ਸਿੱਖਣੀ ਚਾਹੀਦੀ ਹੈ, ਉਹਨੂੰ ਨੇਜ਼ਾ ਚਲਾਉਣਾ ਆਉਣਾ ਚਾਹੀਦਾ, ਉਹਨੂੰ ਬੋਏ ਨਹਿਰੋ ਤੋਂ ਸ਼ਿਕਾਰ ਕਰਨਾ ਆਉਣਾ ਚਾਹੀਦਾ। ਅਤੇ ਈਵਨ ਔਰਤਾਂ ਵਾਸਤੇ ਵੀ ਹੁਕਮ ਸੀ ਕਿ ਤੁਸੀਂ ਵੀ ਇਹ ਕੰਮ ਸਾਰੇ ਸਿੱਖੋ। ਅਤੇ ਦ ਬੈਸਟ ਆਫ ਦੀ ਬੈਸਟ ਲੋਟ ਨੂੰ ਪਿੰਡਾਂ ਦੇ ਵਿੱਚੋਂ ਆਰਮੀ 'ਚ ਭਰਤੀ ਕਰ ਲੈਂਦੇ ਸਨ, ਅਤੇ ਬਾਕੀ ਜਿਹੜੇ ਹੁੰਦੇ ਸਨ ਉਹ ਪਿੰਡ ਦੇ ਸਰਪੰਚ ਦੇ ਥੱਲੇ ਛੱਡ ਦਿੰਦੇ ਸਨ। ਠੀਕ। ਔਰਤਾਂ ਵਾਸਤੇ ਹੁਕਮ ਸੀ ਕਿ ਤੁਸੀਂ ਜੇ ਕੁਛ ਨਹੀਂ ਕਰ ਸਕਦੇ ਤਾਂ ਤੁਸੀਂ ਗੱਤਕਾ ਸਿੱਖੋ, ਸਟਿਕ ਫਾਈਟਿੰਗ ਜਿਹਨੂੰ ਅਸੀਂ ਕਹਿੰਦੇ ਹਾਂ। ਉਹ ਗੱਤਕਾ ਹਰ ਔਰਤ 'ਤੇ ਲਾਜ਼ਮ ਸੀ। ਹੁਣ ਤੁਸੀਂ ਅੰਦਾਜ਼ਾ ਕਰੋ ਕਿ ਪੁਰਾਣੇ ਜ਼ਮਾਨੇ ਦੀ ਮਹਾਰਾਜਾ ਰਣਜੀਤ ਸਿੰਘ ਦੀ ਔਰਤ ਦੇ ਹੱਥ 'ਚ ਡਾਂਗ ਹੋਵੇ ਅਤੇ ਉਹ ਗੱਤਕੇ ਦੀ ਮਾਹਿਰ ਹੋਵੇ, ਉਹ ਸਿਰਫ ਪ੍ਰੋਟੈਕਸ਼ਨ ਕਿਸ ਤਰ੍ਹਾਂ ਕਰ। ਅੱਛਾ, ਮੈਟਕਾਫ ਮਿਸ਼ਨ ਨੇ ਕਿਹਾ ਕਿ ਇਸਕੀ ਆਰਮੀ ਕੋ, ਜੋ ਸਰਕਾਰੀ ਆਰਮੀ ਹੈ ਉਸਕੋ ਮਤ ਗਿਨੇ, ਪੰਜਾਬ ਕਾ ਹਰ ਫਰਦ ਇੱਕ ਸਿਪਾਹੀ ਹੈ, ਇਹ ਹਰ ਫਰਦ ਆਪਣੇ ਨਾਲ ਤਲਵਾਰ ਲਾਉਂਦਾ ਹੈ, ਕਿਰਪਾਨ ਰੱਖਦਾ ਹੈ, ਹਰ ਫਰਦ ਸ਼ਸਤਰਾਂ ਨਾਲ ਯਾਨੀ ਕਿ ਵੈਪਨ ਦੇ ਨਾਲ ਲੈਸ ਹੈ। ਓਵਰਆਲ ਅਗਰ ਅਸੀਂ ਉਸ ਵੇਲੇ ਦੇ ਸਮਾਜ ਨੂੰ ਦੇਖੀਏ, ਪੰਜਾਬ ਨੂੰ ਦੇਖੀਏ, ਅਤੇ ਜਿਹੜੀਆਂ ਉਸ ਵੇਲੇ ਦੀ ਸੁਪਰ ਪਾਵਰ ਸੀ, ਜ਼ਹਿਰੀ ਗੱਲ ਹੈ ਗੋਰਾ ਸੀ, ਇਮਰਜਿੰਗ ਪਾਵਰ ਉਹਨਾਂ ਦੀ ਅੱਗੇ ਵੱਧ ਰਹੀ ਸੀ, ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਰੋਕ ਕੇ ਰੱਖਿਆ 40 ਸਾਲ। ਕਿੱਥੇ?
ਪੰਜਾਬ ਤੋਂ ਬਾਹਰ ਉਸ ਨੂੰ ਰੱਖਿਆ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦੇ ਵਿੱਚ ਗੋਰਾ ਇੱਥੇ ਨਹੀਂ ਆਉਂਦਾ ਪੰਜਾਬ ਦੇ। ਹਾਂ, ਮਹਾਰਾਜਾ ਰਣਜੀਤ ਸਿੰਘ ਨੇ ਰੋਕ ਕੇ ਰੱਖਿਆ, ਰੋਕ ਕੇ ਰੱਖਿਆ ਮਹਾਰਾਜਾ ਰਣਜੀਤ ਸਿੰਘ ਨੇ ਗੋਰੇ ਨੂੰ। ਇਹ ਉਹੀ ਗੋਰਾ ਸੀ ਜਿਹੜਾ 4 ਚੁਫੇਰੇ ਸਾਰੇ ਕਬਜ਼ੇ ਕਰ ਚੁੱਕਿਆ ਸੀ ਇਸੇ ਤਰ੍ਹਾਂ, ਲੇਕਿਨ ਪੰਜਾਬ ਦੇ ਅੰਦਰ ਨਹੀਂ ਹੈ। ਗੋਰੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਕੀ ਪਾਲਿਸੀਜ਼ ਰਹੀ, ਕਿਸ ਤਰੀਕੇ ਦੇ ਨਾਲ? ਬੜੀ ਇਕੁਅਲ ਲੈਵਲ ਤੇ ਰਹੇ ਨਹੀਂ ਜਾਂ ਕੋਈ ਥੱਲੇ ਲੱਗ ਕੇ ਰਹੇ? ਕਿਸ ਤਰੀਕੇ ਦਾ? ਇਕੁਅਲ ਬੇਸ ਤੇ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਜਿਸਲੇ ਹੁਲਕਰ ਆਇਆ ਇੱਥੇ ਅਤੇ ਉਹ ਚਾਹੁੰਦਾ ਸੀ ਕਿ ਮਹਾਰਾਜਾ ਪੰਜਾਬ ਦੀ ਫੌਜ ਅੰਗਰੇਜ਼ਾਂ ਨਾਲ ਲੜੇ। ਮਹਾਰਾਜਾ ਰਣਜੀਤ ਸਿੰਘ ਇੰਨਾ ਦੂਰ ਅਦੇਸ਼ ਆਦਮੀ ਸੀ ਕਿ ਉਹਨੇ ਹਿਸਾਬ ਲਾਇਆ ਕਿ ਅਜੇ ਤਾਂ ਮੇਰੀ ਤਿਆਰੀ ਕੋਈ ਨਹੀਂ, ਸਾਡੀ ਫੌਜ ਵੈਲ ਇਕੁਪਡ ਕੋਈ ਨਹੀਂ, ਅਤੇ ਉਹਨਾਂ ਨੇ ਹੁਲਕਰ ਨੂੰ ਮੁਆਦਾ ਕਰਕੇ ਵਾਪਸ ਭਿਜਵਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਲੜਿਆ ਨਹੀਂ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਸਟਰੈਂਥਨ ਕੀਤਾ, ਤੋਪ ਦੇ ਗੋਲੇ ਬਣਾਏ ਗਏ, ਤੋਪਾਂ ਚਲਾਈ ਬਣਾਈਆਂ ਗਈਆਂ, ਇਹ ਸਾਡੇ ਬੈਸਟ ਇਕੁਪਮੈਂਟਸ ਹੁੰਦੇ ਸਨ। ਪੰਗੀਆਂ ਵਾਲੀ ਤੋਪ ਨੂੰ ਦੁਬਾਰਾ ਟਾਲਿਆ ਗਿਆ ਜਿਹੜਾ ਮੁਲਤਾਨ ਦੇ ਮਾਰਕੀਟ 1818 'ਚ ਫਿਰ ਉਹ ਖਰਾਬ ਹੋ ਗਈ ਅਤੇ ਉਹਨੂੰ ਫਿਰ ਛੱਡਤਾ। ਅਤੇ ਕਹਿਣ ਦਾ ਮਕਸਦ ਇਹ ਕਿ ਹੀ ਇਜ਼ ਗੋਟ ਅ ਬਿਊਟੀਫੁਲ ਆਰਟਿਲਰੀ, ਵੈਪਨਸ ਉਹਦੇ ਬੜੇ ਕਮਾਲ ਸਨ, ਸਿਲਸਿਲੇ ਇਹ ਸਾਰਾ ਕੁਛ ਅਸੀਂ ਲੋਕਲ ਪ੍ਰੋਡਿਊਸ ਕਰਨੇ ਸਨ, ਵੈਪਨਰੀ ਅਸੀਂ ਲੋਕਲ ਪ੍ਰੋਡਿਊਸ ਕਰਨੇ ਸਨ, ਸਾਡੀ ਫੈਕਟਰੀਆਂ ਸਨ। ਜਿਸਲੇ 1831 ਦੇ ਵਿੱਚ ਅਸੀਂ ਦੇਖਿਆ ਕਿ ਮਹਾਰਾਜਾ ਨੇ ਜਿਸਲੇ ਇਹਨਾਂ ਦੇ ਨਾਲ ਗਵਰਨਰ ਜਨਰਲ ਨਾਲ ਰੋਪੜ 'ਤੇ ਮੁਲਾਕਾਤ ਹੁੰਦੀ ਹੈ, ਉਹਨਾਂ ਦੇ ਕੋਲ ਗੋਲੇ ਨੇ ਜਿਹੜੇ ਫਟਦੇ ਨੇ, ਅਤੇ ਵਿਦ ਇਨ ਫਿਊ ਡੇਜ਼ ਅਸੀਂ ਵੀ ਫਟਣ ਵਾਲੇ ਗੋਲੇ ਬਣਾ ਲਏ ਸਨ, ਜਿਹੜਾ ਲੱਗਦਾ ਸੀ ਅਤੇ ਫਟਦਾ ਸੀ। ਅਤੇ ਉਹ ਬੜੇ ਹੈਰਾਨ ਹੋਏ ਕਿ ਇਹਨਾਂ ਕੋਲ ਇਹ ਟੈਕਨੋਲੋਜੀ ਕਿੱਥੇ ਆਈ। ਮੈਟਲੋਜੀਕਲ ਐਨਰਜੀ ਸਾਡੀ ਬਿਹਤਰੀਨ ਸੀ ਉਸ ਜ਼ਮਾਨੇ ਦੇ ਵਿੱਚ, ਦੇਸੀ ਕੰਮ ਬਿਹਤਰੀਨ ਸੀ, ਸਾਡੀ ਤਲਵਾਰਾਂ ਬੜੀ ਤੇਜ਼ ਤਲਵਾਰਾਂ ਹੁੰਦੀਆਂ ਸਨ, ਸਾਡੀਆਂ ਕਟਾਰ ਵਰ ਵੈਰੀ ਪ੍ਰੈਕਟੀਕਲ ਥਿੰਗਸ। ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਅਕਾਲੀ ਸਿੱਖ ਕੜਾ ਇਸਤੇਮਾਲ ਕਰਦਾ ਹੈ, ਉਹ ਆਪਣੀ ਪਗ 'ਤੇ ਚਾਰ, ਦੈਟ ਇਜ਼ ਅ ਵੈਰੀ ਲੀਥਲ ਵੈਪਨ। ਉਹ ਰਿੰਗ ਨੂੰ ਲਾ ਕੇ ਜਿਸਲੇ ਸੁੱਟਦੇ ਸਨ ਅਤੇ ਘੋੜਿਆਂ ਦੀਆਂ ਲੱਤਾਂ ਕੱਟ ਜਾਂਦੀਆਂ ਸਨ। ਮਹਾਰਾਜਾ ਦੀ ਫੌਜ ਦੇ ਵਿੱਚ ਇੱਕ ਸੀ ਬੇਕਾਇਦਾ ਫੌਜ, ਉਹ ਲੋਕ ਜੰਗਲੀ ਲੋਕ ਸਨ, ਉਹ ਜੰਗਲਾਂ ਹੀ ਜ਼ਿਆਦਾ ਰਹਿੰਦੇ ਸਨ ਅਤੇ ਕੱਪੜੇ ਵੀ ਉਹ ਖਲ ਦੇ ਪਾਉਂਦੇ ਸਨ ਅਤੇ ਅਕਸਰ ਤਸਵੀਰਾਂ 'ਚ ਉਹਨਾਂ ਦੀ ਸ਼ਕਲਾਂ ਨਜ਼ਰ ਆਉਂਦੀਆਂ ਨੇ। ਉਹ ਪੈਦਲ ਫੌਜ ਸੀ, ਉਹ ਮਹਾਰਾਜਾ ਦੀ ਫੌਜ ਤੋਂ ਅੱਗੇ ਸਭ ਤੋਂ ਪਹਿਲੇ ਜਿਹੜਾ ਪੇਸ਼ ਖੈਮਾ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਪਹਿਲੇ ਜਿਸ ਇਲਾਕੇ ਜਾ ਰਿਹਾ ਮਹਾਰਾਜ ਲੜਾਈ ਵਾਸਤੇ, ਉਹ ਸਭ ਤੋਂ ਪਹਿਲੇ ਉਹ ਪਹੁੰਚਦੇ ਸਨ। ਇਹ ਘੋੜਿਆਂ ਤੋਂ ਤੇਜ਼ ਦੌੜਦੇ ਸਨ, ਇਹਨਾਂ ਦਾ ਸਟੈਮਿਨਾ ਇੰਨਾ ਜ਼ਿਆਦਾ ਸਨ ਕਿ ਇਹ 40-40 ਮੀਲ ਰਨਿੰਗ ਕਰਦੇ ਸਨ। ਸਹੀ ਹੈ, ਅਤੇ ਬੜੇ ਕਮਾਲ ਇੱਕ ਬੇਕਾਇਦਾ ਫੌਜ ਸੀ। ਫਿਰ ਜਿਸਲੇ ਵਾਟਰ ਲੂ ਹੋਇਆ ਜੀ, ਅਤੇ ਉੱਥੋਂ ਅੰਗਰੇਜ਼ਾਂ ਨੇ ਨੌਕਰੀ ਵਾਸਤੇ ਇੱਥੇ ਆਏ, ਜਿੱਦਾਂ ਜਨਰਲ ਲਾਰਡ, ਜਨਰਲ ਮਨਸੂਰ, ਜਨਰਲ ਗਾਰਡਨਰ, ਇੱਕ 58 ਦੇ ਕਰੀਬ ਮਹਾਰਾਜਾ ਦੇ ਦੌਰ ਦੇ ਵਿੱਚ ਫੋਰਨਰਸ ਨੇ ਆ ਕੇ ਇੱਥੇ ਆਬਾਦ ਹੋਏ ਨੇ, ਅਤੇ ਅਸੀਂ ਉਹਨਾਂ ਦੇ ਤਹਿਤ ਅਸੀਂ ਆਪਣੀ ਫੌਜ ਨੂੰ ਮਾਡਰਨਾਈਜ਼ ਕੀਤਾ। ਫਿਰ ਕੀ ਸੀ ਕਿ ਪੰਜਾਬ ਦੀ ਫੌਜ ਪਰੇਡ ਨਹੀਂ ਸੀ ਅੱਛੀ ਕਰਦੀ। ਉਹ ਕਹਿੰਦਾ ਹੈ ਕਿ ਅਸੀਂ ਜੰਗਜੂ ਹਾਂ, ਅਸੀਂ ਪਰੇਡ ਕਿਉਂ ਕਰੀਏ? ਕਿਉਂਕਿ ਫੌਜ ਨੂੰ ਡਿਸਿਪਲਿਨ ਕਰਨ ਵਾਸਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਫੌਜ ਖਾਸ ਬਣਾਈ, ਅਤੇ ਜਨਰਲ ਵੈਂਤੂ ਨੂੰ ਕਿਹਾ ਕਿ ਪਰੇਡ ਜਿਹੜਾ ਅੱਛਾ ਪਰੇਡ ਕਰਦਾ ਸੀ ਮਹਾਰਾਜ ਉਹਨੂੰ ਸੋਨੇ ਦਾ ਕੜਾ ਦਿੰਦਾ ਸੀ।
ਕਿ ਇਹ ਡਿਸਿਪਲਿਨ 'ਚ ਇਹ ਅੱਛਾ ਹੈ, ਅਤੇ ਉਹਨਾਂ ਦੇ ਦੇਖਿਆ ਦੇਖੀ ਬੜਾ ਮੁਸ਼ਕਿਲ ਪੰਜਾਬ ਦੀ ਫੌਜ ਇੱਕ ਮੁਨਜ਼ਮ ਫੌਜ ਤਿਆਰ ਹੋਈ। ਸਹੀ ਹੈ। ਅੱਛਾ ਸਰ, ਮੇਰਾ ਸੈਕਿੰਡ ਲਾਸਟ ਕੁਐਸਚਨ ਹੈ ਜੀ, ਕਿ ਇਤਨੀ ਸ਼ਾਨਦਾਰ ਰਾਜਧਾਨੀ ਕਾਇਮ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ 1839 ਨੂੰ ਪੂਰੇ ਹੋ ਜਾਂਦੇ, ਉਸ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਸਿਰਫ 10 ਸਾਲ ਚੱਲਦੀ ਹੈ, ਇਤਨੀ ਜਲਦੀ ਉਹਦਾ ਕਿਸ ਤਰੀਕੇ ਦੇ ਨਾਲ ਡਾਊਨਫਾਲ ਸ਼ੁਰੂ ਹੁੰਦਾ ਹੈ, ਉਹਦੇ ਪਿੱਛੇ ਕੀ ਹਕੀਕਤਾਂ ਸਰ? ਇਹ ਮੇਰੇ ਵਾਸਤੇ ਬੜਾ ਪੇਨਫੁਲ ਕੁਐਸਚਨ ਹੈ ਕਿ ਜਿਸ ਵੇਲੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦੇ ਬਾਰੇ ਦੇਖ ਲਿਆ ਕਿ ਫਤਿਹ ਦਾ ਸੂਰਜ ਉਹਦੇ ਮੱਥੇ 'ਤੇ 40 ਸਾਲ ਚਮਕਿਆ, ਉਹਨੂੰ ਉਹਦੇ ਖਿਲਾਫ ਕਦੀ ਬਗਾਵਤ ਨਹੀਂ ਹੋਈ। ਮਹਾਰਾਜਾ ਨੇ ਦੀ ਐਸੀ ਕਮਾਲ ਪੋਲਿਸੀਜ਼ ਹੁੰਦੀਆਂ ਸਨ ਕਿ ਕਦੀ ਉਹਨੇ ਆਪਣੇ ਦੁਸ਼ਮਣ ਨੂੰ ਜ਼ਲੀਲ ਨਹੀਂ ਸੀ ਕੀਤਾ। ਫਤਿਹ ਕਰਨ ਤੋਂ ਬਾਅਦ ਮਹਾਰਾਜਾ ਉਹਦਾ ਦਿਲ ਜਿੱਤ ਲੈਂਦਾ ਸੀ। ਮਹਾਰਾਜਾ ਦੀ ਕਮਾਲ ਗੱਲ ਇਹ ਸੀ ਕਿ ਮਹਾਰਾਜਾ ਨੇ ਐਡੀ ਸਟਰੋਂਗ ਇੱਕ ਆਪਣੀ ਹਕੂਮਤ ਤਿਆਰ ਕੀਤੀ, ਜਿਹੜੀ ਇਕੋਨਮੀ ਲਈ ਬੜਾ ਸਟਰੋਂਗ ਸੀ ਅਤੇ ਉਹਦੇ ਜਨਰਲਸ ਬੜੇ ਸਟਰੋਂਗ ਸਨ। ਅਨਫੋਰਚੁਨੇਟ ਹੋਇਆ ਜਿਸਨੇ ਮਹਾਰਾਜ ਦਾ ਆਫਟਰ ਦੀ ਡੈਥ ਆਫ ਮਹਾਰਾਜਾ ਰਣਜੀਤ ਸਿੰਘ, ਇਹ 10 ਸਾਲ ਦੇ ਵਿੱਚ ਪੰਜਾਬ ਖਤਮ ਹੋ ਗਿਆ। ਉਹਦੇ ਵਿੱਚ ਸਭ ਤੋਂ ਪਹਿਲੇ ਮਹਿਲਾਤੀ ਸਾਜ਼ਿਸ਼ਾਂ, ਫਿਰ ਔਰਤਾਂ ਅਤੇ ਬੱਚਿਆਂ ਦੇ ਹੱਥ ਹਕੂਮਤ ਆਉਣਾ, ਅਤੇ ਫਿਰ ਉਹ ਲਾਲਚ ਹੁਕਮਰਾਨੀ ਦਾ ਜਿਹਦੀ ਵਜ੍ਹਾ ਤੋਂ ਇਹ ਪੰਜਾਬ ਬਰਬਾਦ ਹੋਇਆ। ਪਹਿਲਾ ਕਤਲ ਦਰਬਾਰ ਦੇ ਵਿੱਚ ਹੋਣਾ, ਉਹਨੇ ਸਾਹਿਬ ਦਰਬਾਰ ਦਾ ਖੂਨ ਚੱਟ ਕੇ ਵਾਪਸ ਗਈ ਹੈ ਤਲਵਾਰ ਬਿਆਨ ਵਿੱਚ। ਪਹਿਲਾ ਕਤਲ ਹੁੰਦਾ ਹੈ ਸੁਚੇਤ ਸਿੰਘ ਬਾਜਵੇ ਦਾ ਜੀ। ਸੁਚੇਤ ਸਿੰਘ ਬਾਜਵਾ ਖੜਕ ਸਿੰਘ ਦਾ ਬੈਸਟ ਫਰੈਂਡ ਸੀ, ਅਤੇ ਰਾਜਾ ਦਿਹਾਨ ਸਿੰਘ ਹੋਰਾਂ ਨੂੰ, ਜਿਹੜੇ ਉਹਦਾ ਵਜ਼ੀਰ ਆਜ਼ਮ ਸੀ, ਉਹਨੂੰ ਖਿਆਲ ਹੋਇਆ ਕਿ ਯਾਰ ਕਿਤੇ ਇਹਨੂੰ ਵਜ਼ੀਰ ਆਜ਼ਮ ਬਣਾ ਨਾ ਦੇਵੇ, ਅਤੇ ਬਾਜਵੇ ਨੂੰ ਰਸਤੇ ਤੋਂ ਹਟਾਈਏ। ਉਸ ਸਾਜ਼ਿਸ਼ ਦੇ ਤਹਿਤ ਖੜਕ ਸਿੰਘ ਦੀ ਬੀਵੀ ਅਤੇ ਉਹਦਾ ਬੇਟਾ ਨੌਨਿਹਾਲ ਸਿੰਘ, ਇਹ ਦੋਵਾਂ ਨੂੰ ਕਨਵਿੰਸ ਕੀਤਾ ਗਿਆ, ਉਹ ਦੋਵੇਂ ਉਹਨਾਂ ਦੀ ਗੱਲਾਂ 'ਚ ਆ ਗਏ ਅਤੇ ਬਾਜਵੇ ਨੂੰ ਕਤਲ ਕਰਨਾ ਜ਼ਰੂਰੀ ਹੈ, ਸੁਚੇਤ ਸਿੰਘ ਬਾਜਵੇ ਨੂੰ ਜੀ। ਉਹ ਮਸ਼ਵਰਾ ਲੈਣ ਵਾਸਤੇ, ਕਿਉਂਕਿ ਫਕੀਰ ਅਜ਼ੀਜ਼ੁਦੀਨ ਇੱਕ ਬੜੀ ਵੱਡੀ ਸੋਰਸ ਅਤੇ ਤੀਸਰੀ ਬੜੀ ਤਾਕਤ ਸਨ ਪੰਜਾਬ ਦੀ, ਤਾਂ ਫਕੀਰ ਅਜ਼ੀਜ਼ੁਦੀਨ ਕੋਲ ਆ ਗਏ ਅਤੇ ਉਹਨੇ ਕਿਹਾ ਜੀ ਇਸ ਤਰ੍ਹਾਂ ਸਾ ਗੱਲ ਇਹ ਕਿ ਸਾਨੂੰ ਸ਼ੱਕ ਹੈ, ਹਕੀਕਤ ਹੈ ਕਿ ਸੁਚੇਤ ਸਿੰਘ ਬਾਜਵੇ ਦਾ ਹਕੂਮਤ ਦੇ ਵਿੱਚ ਅਤੇ ਖੜਕ ਸਿੰਘ ਦੇ ਉੱਤੇ ਬੜਾ ਅਸਰ ਰਸੂਖ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਰਸਤੇ ਤੋਂ ਹਟਾ ਦਿੱਤਾ ਜਾਵੇ। ਅਤੇ ਇਸੇ ਵੇਲੇ ਦੇ ਵਿੱਚ ਫਕੀਰ ਅਜ਼ੀਜ਼ੁਦੀਨ ਨੇ ਇੱਕ ਕਮਾਲ ਵਰਡਸ ਕਹੇ, ਉਹਨਾਂ ਜਿਹੜਾ ਤੁਸੀਂ ਸਮਝੋ ਕਿ ਸੁਨਹਿਰੇ ਹਰਫਾਂ ਨਾਲ ਲਿਖਣ ਵਾਲਾ ਲਫ਼ ਸੀ। ਉਹਨੇ ਕਿਹਾ ਖਿਆਲ ਰੱਖਣਾ, ਹਮਨੇ ਬਜ਼ੁਰਗੋਂ ਸੇ ਸੁਨਾ ਹੈ ਕਿ ਜੋ ਤਲਵਾਰ ਦਰਬਾਰ ਮੇਂ ਨਿਕਾਲੀ ਜਾਤੀ ਹੈ ਵੋ ਸਾਹਿਬ ਦਰਬਾਰ ਕਾ ਖੂਨ ਚਾਟ ਕੇ ਮਿਆਨ ਮੇਂ ਜਾਤੀ ਹੈ। ਫਿਰ ਰਿਪੀਟ ਕਰਦੇ ਹਾਂ, ਫਕੀਰ ਸਾਹਿਬ ਕਹਿੰਦੇ ਨੇ ਕਿ ਖਿਆਲ ਰੱਖਣਾ, ਹਮਨੇ ਆਪਣੇ ਬਜ਼ੁਰਗੋਂ ਸੇ ਸੁਨਾ ਹੈ ਕਿ ਜੋ ਤਲਵਾਰ ਦਰਬਾਰ ਮੇਂ ਨਿਕਾਲੀ ਜਾਤੀ ਹੈ ਵੋ ਸਾਹਿਬ ਦਰਬਾਰ ਕਾ ਖੂਨ ਚਾਟ ਕੇ ਮਿਆਨ ਮੇਂ ਜਾਤੀ ਹੈ। ਵੋ ਇੱਕ ਕਤਲ ਹੋਣਾ ਕੀ ਸੀ, ਪੂਰਾ ਹਾਊਸ ਆਫ ਕਾਰਡਸ ਇੱਕ ਇੱਕ ਪਤਾ ਕਰਕੇ ਸਾਰਾ ਗਿਰ ਗਿਆ। ਮਹਾਰਾਜਾ ਦੇ 6 ਬੱਚੇ ਕਤਲ ਹੋ ਗਏ, ਮਹਾਰਾਜਾ ਦਾ ਪੋਤਾ ਕਤਲ ਹੋ ਗਿਆ, ਅਤੇ ਆਸਤਾ 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 ਇੰਨਾ ਵੀਕ ਹੋ ਗਿਆ ਸਾਰਾ ਮਾਮਲਾ, ਅਤੇ ਇੱਕ ਬੱਚੇ ਨੂੰ ਫਿਰ ਅਸੀਂ ਰਾਜਾ ਬਣਾਇਆ, ਦਲੀਪ ਸਿੰਘ ਨੂੰ, ਇੱਕ ਰੀਜੈਂਸੀ ਬਣੀ, ਮਗਰ ਪੰਜਾਬ ਇੰਨਾ ਵੀਕ ਹੋ ਚੁੱਕਿਆ ਸੀ ਕਿ
1849 ਦੇ ਵਿੱਚ ਮਹਾਰਾਜ ਦਾ ਝੰਡਾ ਇੱਥੋਂ ਉਤਰਿਆ ਲਾਹੌਰ ਫੋਰਟ ਤੋਂ, ਲਾਹੌਰ ਕਹਿਲਾ ਤੋਂ ਜੀ, ਅਤੇ ਯੂਨੀਅਨ ਜੈਕ ਚੜਿਆ ਜਿਹੜਾ ਬੜਾ ਪੇਨਫੁਲ ਸੀ, ਅਤੇ ਅਸੀਂ ਐਗਰੀਮੈਂਟ 'ਤੇ ਚੱਲਿਆ। ਉਹਨਾਂ ਨੇ ਐਗਰੀਮੈਂਟ ਕੀਤਾ ਕਿ ਅਸੀਂ ਜਿਸ ਵੇਲੇ ਤੀਕਰ ਦਲੀਪ ਸਿੰਘ ਬਾਲਿਗ ਹੋਏਗਾ ਇਹਨੂੰ ਇਹ ਪੰਜਾਬ ਵਾਪਸ ਦੇ ਦਿਆਂਗੇ। ਅੰਗਰੇਜ਼ ਉਸ ਐਗਰੀਮੈਂਟ ਤੋਂ ਫਿਰ ਗਏ ਅਤੇ ਪੰਜਾਬ ਬਿਲਕੁਲ ਹੀ ਅੰਗਰੇਜ਼ਾਂ ਦੇ ਕਬਜ਼ੇ 'ਚ ਆ ਗਿਆ, ਅਤੇ ਫਿਰ ਪਾਰਟੀਸ਼ਨ ਦੇ ਵਿੱਚ ਪੰਜਾਬ ਦੇ ਟੋਟੇ ਕਰ ਦਿੱਤੇ ਗਏ। ਫਿਰ ਜੋ ਵਾਪਰਿਆ ਉਹ ਤਾਂ ਫਿਰ ਬਿਲਕੁਲ ਹੈ, ਤੁਸੀਂ ਦੇਖ ਸਕਦੇ ਹੋ ਅੱਜ ਦੀ ਮਾਡਰਨ ਹਿਸਟਰੀ 'ਚ ਵੀ ਸਾਨੂੰ ਬੇਸ਼ੁਮਾਰ ਮਿਸਾਲਾਂ ਨਜ਼ਰ ਆਉਂਦੀਆਂ ਨੇ। ਦੇਖ ਸਕਦੇ ਹੋ ਕਿ ਜੋ ਐਸਟੈਬਲਿਸ਼ਮੈਂਟ ਕਰਾਉਂਦੀ ਹੈ ਉਹਦੇ ਕੀ ਨਤਾਇਜ ਨਿਕਲਦੇ ਨੇ। ਐਗਜੈਕਟਲੀ, ਬਹੁਤ ਸੋਹਣੀ ਗੱਲਬਾਤ ਤੁਹਾਡੇ ਨਾਲ ਰਹੀ, ਬਹੁਤ ਕੁਝ ਜਾਣਨ ਨੂੰ ਮਿਲਿਆ, ਲੇਕਿਨ ਅਜੇ ਵੀ ਤਸ ਬਾਕੀ ਹੈ। ਸੋ ਇਹਨਾਂ ਨੂੰ ਮੁੱਦਿਆਂ ਨੂੰ ਕਿਤੇ ਖੋਲ੍ਹਾਂਗੇ ਜਦੋਂ ਤੁਸੀਂ ਬਹੁਤ ਵਿਹਲੇ ਹੋਵੋਗੇ ਉਦੋਂ ਬਹਿ ਕੇ, ਇਨਸ਼ਾਅੱਲਾ। ਲੇਕਿਨ ਇੱਕ ਅਖੀਰਲਾ ਸਵਾਲ ਜਿਹੜਾ ਮੈਂ ਕਰਨਾ ਨਹੀਂ ਚਾਹੁੰਦਾ ਸੀ, ਮੈਨੂੰ ਪਤਾ ਹੈ ਕਿ ਤੁਹਾਨੂੰ ਇਹ ਦੁਖੀ ਕਰੇਗਾ, ਲੇਕਿਨ ਹੈ ਬਹੁਤ ਜ਼ਰੂਰੀ। ਇੱਕ ਵੱਡੀ ਲਿਗੈਸੀ ਨੂੰ ਤੁਸੀਂ ਸਾਂਭ ਕੇ ਬੈਠੇ ਹੋ, ਉਸ ਰਾਜਧਾਨੀ ਨੂੰ ਜਿਹੜੀ ਪੰਜਾਬੀਆਂ ਦੀ ਅਗਰ ਅਸੀਂ ਕਹੀਏ ਤਾਂ ਕੋਈ ਪਿਛਲੇ 1500 ਸਾਲਾਂ ਦੇ ਵਿੱਚ ਵਾਹਿਦ ਮਿਸਾਲ ਬਣਦੀ ਪੰਜਾਬੀਆਂ ਦੇ ਆਪਣੇ ਰਾਜ ਦੀ, ਇੱਕ ਇੱਕ ਚੀਜ਼ ਤੁਸੀਂ ਉਹਦੀ ਸੰਭਾਲ ਕੇ ਬੈਠੇ ਹੋ, ਕਦੀ ਸਰਕਾਰ ਵੱਲੋਂ ਕਦੀ ਲੋਕਾਂ ਵੱਲੋਂ ਇਸ 'ਤੇ ਕੋਈ ਐਪਰੀਸੀਏਸ਼ਨ ਮਿਲੀ? ਔਰ ਦੂਸਰਾ ਇਹ ਹੈ ਕਿ ਹੁਣ ਤੁਸੀਂ 7ਵੀਂ ਨਸਲ ਹੋ, ਕਿਸ ਤਰੀਕੇ ਦੇ ਨਾਲ ਫਕੀਰਖਾਨਾ ਮਿਊਜ਼ੀਅਮ ਚੱਲ ਰਿਹਾ ਹੈ, ਕਿੱਥੋਂ ਸੋਰਸਿਸ ਪੈਦਾ ਕਰਦੇ ਹੋ, ਤੁਹਾਡੀਆਂ ਲੋੜਾਂ ਕੀ ਹਨ, ਕਦੀ ਕਿਸੇ ਨੇ ਪੁੱਛਿਆ ਅੱਜ ਤੱਕ? ਗੱਲ ਐਸੇ ਹੀ, ਗਵਰਨਮੈਂਟ ਆਫ ਪੰਜਾਬ ਯੂਜ਼ ਟੂ ਪੇ ਅਸ ਗ੍ਰਾਂਟ, ਇਹ ਗ੍ਰਾਂਟ ਬੜੀ ਕਲੀਲ ਜੀ ਗ੍ਰਾਂਟ ਦਿੰਦੀ ਸੀ, ਬਲਕਿ ਹੁਣ ਉਹ ਵੀ ਖਤਮ ਹੋ ਚੁੱਕੀ ਹੈ, ਸਮਝੋ ਕਿ ਨਾ ਹੋਣ ਵਾਲੀ ਗ੍ਰਾਂਟ ਹੈ। ਦੁਨੀਆ ਦੇ ਮਿਊਜ਼ੀਅਮਸ ਜਿਹੜੇ ਨੇ ਗਵਰਨਮੈਂਟ ਦੀ ਸਤ੍ਹਾ 'ਤੇ ਚੱਲਦੇ ਨੇ, ਗਵਰਨਮੈਂਟ ਉਹਨੂੰ ਸਪੋਰਟ ਕਰਦੀ ਹੈ। ਅਸੀਂ ਇੱਕ ਪ੍ਰਾਈਵੇਟ ਆਈਡੈਂਟੀ ਹੋਣ ਦੇ ਨਾਤੇ ਸਾਨੂੰ ਇੰਟਰਨੈਸ਼ਨਲ ਕੋਈ ਗ੍ਰਾਂਟ ਨਹੀਂ ਮਿਲਦੀ, ਗਵਰਨਮੈਂਟ ਦੀ ਗ੍ਰਾਂਟ ਵੀ ਇੰਨੀ ਘੱਟ ਹੈ ਕਿ ਜਿਹੜਾ ਮਿਊਜ਼ੀਅਮ ਪ੍ਰਿਜ਼ਰਵ ਕਰ ਸਕੀਏ। ਮਗਰ ਇਹ ਗੱਲ ਬੱਟੂ ਸਾਹਿਬ, ਮੈਂ ਤੁਹਾਨੂੰ ਦੱਸਾਂ ਕਿ ਇਹ ਸਾਡਾ ਪੈਸ਼ਨ ਹੈ ਮਿਊਜ਼ੀਅਮ ਦਾ ਜੀ, ਇਹ ਪੈਸ਼ਨ ਸਾਡੀ ਨਸਲਾਂ ਤੋਂ ਚੱਲਿਆ, ਮੁਹੱਬਤ 7 ਪੀੜ੍ਹੀਆਂ ਦੇ ਨਾਲ ਅਸੀਂ ਜੁੜੇ ਹਾਂ, 7 ਪੀੜ੍ਹੀਆਂ ਤੋਂ ਜੁੜੇ ਹਾਂ ਇਸ ਮਿਊਜ਼ੀਅਮ ਵਾਸਤੇ। ਹੁਣ ਮਕਸਦ ਇਹ ਜਿਹੜਾ ਤੁਹਾਨੂੰ ਮੈਂ ਦੱਸਾਂ ਕਿ ਮੈਨੂੰ ਬਾਹਰ ਕੰਮ ਕਰਕੇ ਆਈ ਹੈਵ ਟੂ ਬ੍ਰਿੰਗ ਮਨੀ ਟੂ ਮਾਈ ਮਿਊਜ਼ੀਅਮ, ਕਿ ਮੈਂ ਇਸ ਮਿਊਜ਼ੀਅਮ ਨੂੰ ਬਚਾ ਸਕਾਂ। ਅਤੇ ਜਿਸ ਵੇਲੇ ਕਿਸੇ ਕੰਮ ਦੇ ਪਿੱਛੇ ਪੈਸ਼ਨ ਹੁੰਦਾ ਉਹ ਕੰਮ ਫਿਰ ਖਤਮ ਨਹੀਂ ਹੁੰਦਾ। ਇਟ ਇਜ਼ ਨੋਟ ਇੰਪੋਰਟੈਂਟ ਕਿ ਮੇਰੇ ਕੋਲ ਰਿਸੋਰਸਿਸ ਨਹੀਂ ਗਏ, ਇਟ ਇਜ਼ ਓਪਨ ਕਿ ਇਹ ਮਿਊਜ਼ੀਅਮ ਖੁੱਲ੍ਹਾ ਰਹੇ, ਆਵਾਮ ਵਾਸਤੇ ਆਵੇ। ਅਤੇ ਤੁਸੀਂ ਜਿਸ ਐਪਰੀਸੀਏਸ਼ਨ ਦੀ ਗੱਲ ਕੀਤੀ, ਅਲਹਮਦੁਲਿਲਾ ਫਕੀਰਖਾਨਾ ਮਿਊਜ਼ੀਅਮ ਪਬਲਿਕਲੀ ਬੜਾ ਐਪਰੀਸ਼ੀਏਟ ਹੁੰਦਾ ਹੈ, ਮਗਰ ਅਨਫੋਰਚੁਨੇਟਲੀ ਗਵਰਨਮੈਂਟ ਵੱਲੋਂ ਇੰਨਾ ਐਪਰੀਸ਼ੀਏਟ ਨਹੀਂ ਹੁੰਦਾ। ਵੀ ਆਰ ਦੀ ਸਪੋਰਟ ਫੋਰ ਲਾਹੌਰ ਮਿਊਜ਼ੀਅਮ, ਆਰਮੀ ਮਿਊਜ਼ੀਅਮ ਐਂਡ ਮੈਨੀ ਅਦਰਸ ਮਿਊਜ਼ੀਅਮਸ, ਈਵਨ ਨੈਸ਼ਨਲ ਮਿਊਜ਼ੀਅਮ ਕਰਾਚੀ, ਸਾਡੇ ਸਮਾਨ ਉੱਥੇ ਪਏ ਨੇ। ਕਮ ਅਜ਼ ਕਮ ਲਾਹੌਰ ਮਿਊਜ਼ੀਅਮ ਦੇ ਵਿੱਚ 1000 ਤੋਂ ਜ਼ਿਆਦਾ ਐਂਟੀਕ ਸਾਡਾ ਉੱਥੇ। ਅਤੇ ਕਹਿਣ ਦਾ ਮਕਸਦ ਇਹੋ ਜਿਹੇ ਅਦਾਰਿਆਂ ਨੂੰ ਬਚਣਾ ਚਾਹੀਦਾ, ਸਾਨੂੰ ਸਪੋਰਟ ਹੋਣੀ ਚਾਹੀਦੀ ਹੈ, ਕਿਉਂਕਿ ਵੀ ਆਰ ਦੀ ਹਿਸਟਰੀ ਟੈਲਰਸ, ਵੀ ਆਰ ਦੀ ਸਟੋਰੀ ਟੈਲਰਸ। ਅਸੀਂ ਨੌਜਵਾਨ ਨਸਲ ਨੂੰ ਹਕੀਕੀ ਤਾਰੀਖ ਤੋਂ ਆਸ਼ਨਾ ਕਰਨੇ ਹਾਂ, ਜਿਸ ਵੇਲੇ ਹਕੀਕੀ ਤਾਰੀਖ ਤੋਂ ਆਸ਼ਨਾ ਹੁੰਦੇ ਹੁੰਦਾ ਕੋਈ ਤਾਂ ਉਹਦਾ ਪਰਸੈਪਸ਼ਨ ਹੀ ਚੇਂਜ ਹੋ ਜਾਂਦਾ ਹੈ। ਸੱਜਣੋ, ਐਸੀ ਫਕੀਰ ਸੈਫੁਦੀਨ ਸਾਹਿਬ ਦੀ ਗੱਲਬਾਤ, ਅਤੇ ਮੈਂ ਪੰਜਾਬ ਦਾ ਔਰ ਪੰਜਾਬੀ ਦਾ ਇੱਕ ਸਟੂਡੈਂਟ ਹਾਂ,
ਪੰਜਾਬ ਦੇ ਬਾਰੇ ਖੋਜ ਕਰਨ ਦੀ ਮੇਰੀ ਮੁਹੱਬਤ ਹੈ, ਜਿਵੇਂ ਉਹਨਾਂ ਨੇ ਕਿਹਾ ਕਿ ਸਾਡਾ ਇਸ਼ਕ ਹੈ ਪੰਜਾਬ ਦੇ ਬਾਰੇ, ਪੰਜਾਬੀ ਜ਼ਬਾਨ ਹੋਵੇ, ਪੰਜਾਬੀ ਕਲਚਰ ਹੋਵੇ, ਪੰਜਾਬੀ ਤਾਰੀਖ ਹੋਵੇ। ਮੈਂ ਅੱਜ ਤੱਕ ਪੰਜਾਬ ਦੇ ਅੰਦਰ ਇਤਨਾ ਵੱਡਾ ਪੰਜਾਬ ਦੀ ਤਾਰੀਖ ਦੇ ਨਾਲ ਜੁੜਾ ਹੋਇਆ ਖਜ਼ਾਨਾ ਨਹੀਂ ਦੇਖਾ, ਲੇਕਿਨ ਉਸ ਖਜ਼ਾਨੇ ਨੂੰ ਕਦੋਂ ਤੱਕ ਇੰਝ ਸਾਂਭਿਆ ਜਾਂਦਾ ਰਹੇਗਾ? ਇਹ ਮੁਹੱਬਤ ਜਿਹੜੀ ਉਹਨਾਂ ਦੀ ਹੈ, ਇਹ ਨਸਲਾਂ ਤੱਕ ਅੱਗੇ ਕਾਇਮ ਰਹੂ, ਲੇਕਿਨ ਮੁਹੱਬਤ ਤੋਂ ਹੱਟ ਕੇ ਵੀ ਕੁਛ ਹੋਰ ਚੀਜ਼ਾਂ ਵੀ ਇਹ ਡਿਮਾਂਡ ਕਰਦੀਆਂ ਹਨ। ਸੋ ਇੱਥੋਂ ਦੀ ਸਰਕਾਰ, ਉਹ ਤਾਂ ਕੋਈ ਉਹਨੂੰ ਆਰਟ ਲਵਰ ਨਹੀਂ ਹੈ, ਦੂਸਰਾ ਉਹਨੂੰ ਪੰਜਾਬ ਦੀ ਤਾਰੀਖ ਦੇ ਨਾਲ, ਇੱਥੋਂ ਦੀ ਪੰਜਾਬ ਦੀ ਸਰਕਾਰ ਨੂੰ ਕੋਈ ਮੁਹੱਬਤ ਨਹੀਂ ਹੈ। ਤੁਸੀਂ ਜਿੱਥੇ ਵੀ ਬੈਠੇ ਹੋ, ਅਗਰ ਤੁਸੀਂ ਇਸ ਦੇ ਨਾਲ ਰਿਲੇਟ ਹੋ ਕੇ ਕੋਈ ਕੰਮ ਕਰ ਸਕਦੇ ਹੋ ਜਿਹਦੇ ਨਾਲ ਇਹ ਮਿਊਜ਼ੀਅਮ ਹੋਰ ਇਸ ਤਰੀਕੇ ਦੇ ਨਾਲ ਲੋਕਾਂ ਵਾਸਤੇ ਪੰਜਾਬ ਦੀ ਤਾਰੀਖ ਨੂੰ ਖਿਲਾਰਨ ਦਾ ਬਾਇਸ ਬਣੇ, ਤਾਂ ਇਹ ਜ਼ਰੂਰ ਕਰਿਓ। ਬਹੁਤ ਸਾਰੀਆਂ ਗੱਲਾਂ ਖੁੱਲ੍ਹ ਕੇ ਨਹੀਂ ਆਉਂਦੀਆਂ, ਉਹ ਸਮਝੀਦੀਆਂ ਆਉਂਦੀਆਂ ਹਨ। ਇਹ ਸਾਡੇ ਸਭ ਦਾ ਸਾਂਝਾ ਖਜ਼ਾਨਾ ਹੈ ਔਰ ਇਹਨਾਂ ਦੀ ਮੁਹੱਬਤ ਹੈ ਕਿ ਅਸੀਂ ਜਦੋਂ ਵੀ ਇੱਥੇ ਆਉਂਦੇ ਹਾਂ, ਇਹ ਸਾਡੇ ਸਭ ਵਾਸਤੇ ਖੁੱਲ੍ਹਾ ਹੈ, ਹਰ ਪੰਜਾਬ ਵਾਸਤੇ ਖੁੱਲ੍ਹਾ ਹੈ, ਦੁਨੀਆਂ ਦੇ ਹਰ ਆਉਣ ਵਾਸਤੇ ਫਰਦ ਵਾਸਤੇ ਖੁੱਲ੍ਹਾ ਹੈ। ਲੇਕਿਨ ਇਹਨੂੰ ਖੁੱਲ੍ਹਣ ਨੂੰ, ਇਹਨੂੰ ਹੋਰ ਸੋਹਣਾ, ਇਹਨੂੰ ਹੋਰ ਖੂਬਸੂਰਤ ਬਣਾਉਣ ਲਈ ਔਰ ਇਹਦੇ ਚੱਲਦਾ ਰਹਿਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ ਸੋਚਣ ਦੀ ਲੋੜ ਹੈ। ਸੋ ਇਹਦੇ 'ਤੇ ਸੋਚਿਓ ਕਿ ਸਾਡੇ ਬੱਚੇ ਦੇ ਨਾਲ ਜੁੜ ਕੇ ਕਿਤਨੇ PhD ਕਰ ਸਕਦੇ ਹਨ, ਕਿਤਨੀ ਡਾਕੂਮੈਂਟਰੀਜ਼ ਬਣ ਸਕਦੀਆਂ, ਕਿਤਨੀ ਮੂਵੀਜ਼ ਬਣ ਸਕਦੀਆਂ। ਕੋਈ ਹੋਰ ਐਸਾ ਗੱਲ ਨਹੀਂ ਹੈ, ਕੋਈ ਹੋਰ ਥਾਂ ਐਸੀ ਨਹੀਂ ਹੈ ਇਸ ਤੋਂ ਇਲਾਵਾ। ਸੋ ਇਹਦਾ ਬਚਣਾ ਬਹੁਤ ਜ਼ਰੂਰੀ ਹੈ। ਰੱਬ ਰੱਖ।